ਆਪ ਅੱਜ ਤੁਸੀਂ ਵੀ ਲਾਮਾ ਲੈ ਕੇ ਆਏ ਹੋ ਤੇ ਹੋਰ ਉਹ ਭੋਲੇ ਨੇ ਬੇੜਾ ਹੀ ਗਰਕ ਕਰ ਦਿੱਤਾ ਉਹਨੂੰ ਫੇਰਾ ਸਟੋਨ ਭੇਜਿਆ ਹੈਗਾ ਉਹ ਆਉਂਦੀ ਫਿਰ ਸਮਾਨ ਹੀ ਛੁੱਟਿਆ ਸਾਰਾ ਮੇਰਾ ਉਸਤਾਦ ਆ ਲੈਣ ਦੇ ਭੋਲਾ ਹੈਗਾ ਹੀ ਅੱਜ ਦਾ ਉਸਤਾਦ ਜੀ ਇੱਕ ਖੋਤੀ ਜਿਹੜੀ ਇਹਨਾਂ ਘਮਿਆਰਾਂ ਨੇ ਸਾਨੂੰ ਵਕਤ ਪਾਇਆ ਹੋਇਆ ਇਹਨਾਂ ਨੇ ਸਾਡੀ ਜਾਨ ਕੱਢਣੀ ਕੀਤੀ ਹੈ ਉਤੋਂ ਉਸਤਾਦ ਜੀ ਮੈਂ ਤੇ ਜਿਹੜਾ ਕੰਮ ਕੀਤਾ ਮੈਂ ਜ਼ਲੀਲ ਹੀ ਹੋਇਆ ਕੀ ਕੀਤਾ ਹੈ ਪੁੱਤਰ ਕੱਲ ਮੈਂ ਦੁਕਾਨ ਵੇਚ ਕੇ ਮੰਗਣਾ ਸ਼ੁਰੂ ਕਰਤਾ ਅੱਛਾ ਇੱਕ ਮੈਂ ਬੂਹਾ ਖੜਕਾਇਆ ਅੰਦਰੋਂ ਮਾਈ ਨਿਕਲੀ ਮੈਂ ਕਿਹਾ ਮਾਂ ਜੀ ਅੱਲਾ ਦੇ ਨਾਂ ਤੇ 100 ਰੁਪਈਆ ਦਿਓ ਅੱਛਾ ਤੁਹਾਡੇ ਪੰਜਾਂ ਪੁੱਤਾਂ ਦੀ ਖੈਰ ਅੱਛਾ ਅਗੋਂ ਮੈਨੂੰ ਕਹਿੰਦੀ 6 ਮਹੀਨੇ ਤੇਰੀ ਭੈਣ ਕੱਢੀ ਇਹ ਤੇ ਹਲਾਲ ਹਾਂਜੀ ਕਿ ਲਜਪਾਲ ਆਖਰ ਲਜਪਾਲ ਹੁੰਦੇ ਨੇ ਅਸਲਾਮ ਅਲੈਕੁਮ ਜੀ ਹਾਲਾਤ ਬਦਲਦੇ ਰਹਿੰਦੇ ਸਵਾਲਾ ਗੱਲ ਕਰਨ ਦੇ ਆ ਤਾਂ ਸੁਣ ਕੀ ਬਾਤ ਮੈਂ ਕਿ ਤੇਰਾ ਉਸਤਾਦ ਜੀ ਮੁਬਾਰਕ ਗੱਲਾਂ ਤੇ ਹੁੰਦੀਆਂ ਰਹਿਣਗੀਆਂ ਸ਼ੌਕਤ ਵੱਡੀ ਪੱਲੇਦਾਰ ਅੱਛਾ ਬਾਈ ਜੀ ਮੈਂ ਆਇਆ ਸ਼ਾਲਮੀ ਤੋਂ ਅੱਛਾ ਮੈਨੂੰ ਭੋਲੇ ਨੇ ਆਖਿਆ ਸੀ ਵੀ ਇੱਥੇ ਕਿਸੇ ਨੇ ਸਟਾਉਣੇ ਆ ਫੇਰੇ ਅੱਛਾ ਮੇਰਾ ਕਿੰਨੇ ਸਟਾਉਣਾ ਪਰ ਤੂੰ ਤਾਂ ਰਹਿਣੀ ਦੇ ਜੇ ਤੂੰ ਸਟਾਉਣਾ ਤਾਂ ਦੱਸ ਵੀ ਉਹ ਚੱਲੋ ਨਿਕਲ ਸ਼ੌਕਾ ਵੱਡੀ ਪੱਲੇਦਾਰ ਜਨਾਬ ਪੱਲੇਦਾਰੀ ਕਰੀ ਦੀ ਹੈ ਬਾਈ ਜੀ ਵਾਹ ਬਾਈ ਵਾਹ ਇੰਨੇ ਫੇਰੇ ਨੇ ਸਟਵਾਏ ਆ ਹਾਏ 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 ਇਹਦੀ ਭੈਣ ਦਾ ਵਿਆਹ ਸੀ ਨਾ ਹਾਂਜੀ ਜੇ ਜੂ ਲਿਆਉਂਦਾ ਰਿਹਾ ਯਾਰ ਗੱਲ ਇਹ ਹੈ ਐਂ ਬੇਵਕੂਫ ਹੈ ਹਰ ਜਗ੍ਹਾ ਤੇ ਸਾਨੂੰ ਖੱਜਲ ਕਰਾ ਰਹੇ ਆ ਕੀ ਹੋ ਗਿਆ ਬਲਾਇਆ ਵੀ ਡਾਕਟਰ ਨੂੰ ਜਾ ਕੇ ਕਹਿੰਦਾ ਮੈਂ ਸੌਣਾ ਤੇ ਮੇਰੀ ਖਾਬ ਚ ਅੰਗਰੇਜ਼ਣੀਆਂ ਆਉਂਦੀਆਂ ਉਹ ਕਹਿੰਦਾ ਸਾਲਿਆ ਲੰਦੇ ਦੇ ਕੱਪੜੇ ਲਾ ਕੇ ਸਾਇਆ ਕਰ ਇਹ ਵੀ ਗਿਆ ਡਾਕਟਰ ਕੋਲ ਅੱਛਾ ਜੀ ਡਾਕਟਰ ਨੂੰ ਕਹਿੰਦਾ ਡਾਕਟਰ ਸਾਹਿਬ ਮੇਰੀ ਦਾੜ ਚ ਕੀੜਾ ਅੱਛਾ ਡਾਕਟਰ ਕੋਲ ਔਰਦਾ ਕਹਿੰਦਾ ਕੀੜਾ ਤੈਨੂੰ ਹੈ ਜਗ੍ਹਾ ਸਹੀ ਦੱਸ ਜਗ੍ਹਾ ਯਾਨੀ ਕਿ ਕੀੜਾ ਦਾੜ ਚ ਬਗੈਰਤ ਆਦਮੀ ਕੱਲ ਮੈਂ ਇਹਨਾਂ ਦੇ ਘਰ ਗਿਆ ਚਾਰੇ ਭਰਾ ਨਵੇਂ ਸੂਟ ਪਾ ਕੇ ਫਿਰਨ ਦੇ ਅੱਛਾ ਮੈਂ ਤਾਂ ਕਿਤੇ ਵਿਆਹ ਤੇ ਚੱਲੇ ਹੋ ਅੱਗੋਂ ਕਹਿੰਦਾ ਨਹੀਂ ਬਾਜੀ ਦੀ ਇੱਜ਼ਤ ਲੁੱਟੀ ਦੀ ਜੀਓ ਵਾਲੇ ਆ ਰਹੇ ਹਾਂ ਜੀਓ ਆਪਾਂ ਕੀ ਸ਼ੇਰ ਰੱਖਿਆ ਇਹ ਲਜਪਾਲ ਆਖਰ ਲਜਪਾਲ ਹੁੰਦੇ ਹਾਲਾਤ ਬਦਲਦੇ ਰਹਿੰਦੇ ਵਾਹ ਵਾਹ ਕੁਰਾਨ ਗਵਾਹ ਹੈ ਆਦਮੀ ਦੇ ਜਜ਼ਬਾਤ ਬਦਲਦੇ ਰਹਿੰਦੇ ਵਾਹ 24 ਸਾਲ ਦੇ ਘੰਟਿਆਂ ਦੇ ਦੇ ਰਾਤ ਬਦਲਦੇ ਰਹਿੰਦੇ ਅਸ਼ਰਾਫ ਬਦਲਦੇ ਨਹੀਂ ਅਲੀ ਕਮਜ਼ਾਤ ਬਦਲਦੇ ਰਹਿੰਦੇ ਵਾਹ ਵਾਹ ਕੀ ਬਾਤ ਮੇਰੇ ਕੋਲ ਕਿਤੇ ਤਲਵਾਰ ਹੋਵੇਗਾ ਨਾ ਮੈਂ ਤੁਹਾਨੂੰ ਤਾਤ ਦੇਆਂ ਤਲਵਾਰ ਉਸ ਤਾਤ ਤੇ ਚੜੇਗੀ ਜੰਜ ਜ਼ਰੂਰ ਤੇਰੀ ਆਸ ਥੈਂਕ ਯੂ ਉਸ ਜੰਜ ਦੇ ਵਿੱਚ ਨਹੀਂ ਤੂੰ ਹੋਣਾ ਬਾਜੀ ਤੇਰੇ ਬੁੱਤ ਹੋਵੇਗਾ ਪਰ ਜ਼ਰੂਰ ਤੇਰਾ ਉਸ ਬੁੱਤ ਵਿੱਚ ਨਹੀਂ ਤੇਰਾ ਰੂਹ ਹੋਣਾ ਚਾਦਰ ਫੁੱਲਾਂ ਦੀ ਹੋਵੇਗੀ ਬਦਨ ਉੱਤੇ ਸੇਰਾ ਬੰਨਿਆ ਪਾਸੇ ਤੇ ਮੂੰਹ ਹੋਣਾ ਹਨੇਰ ਕੋਠੜੀ ਬਰਾਤੀਆਂ ਛੱਡ ਆਉਣਾ ਉਸ ਕੋਠੜੀ ਚ ਕੱਲਿਆ ਤੂੰ ਹੋਣਾ ਕਿਆ ਬਾਸ਼ ਤੇਰੇ ਉਹ ਤੇਰੀ ਖੈਰ ਹੋਵੇ ਤੇਰੀ ਤੇਰੀ ਕੀ ਕਰ ਬੈਠਾ ਤੇਰੇ ਨਾਲ ਮੈਨੂੰ ਸਿੱਧਾ ਹੀ ਟੋਰੂ ਹਾਏ ਹਾਏ ਅਰੇ ਮੇਰੀ ਗੱਲ ਸੁਣ ਆਹ ਤੇਰਾ ਭੋਲਾ ਭੋਲੇ ਨੇ ਸਾਨੂੰ ਸਤਾ ਮਾਰਿਆ ਇਹਦਾ ਰਵੇ ਕੱਖ ਨਾ ਇਹਨੇ ਸਾਡੇ ਕੋਲ ਹੜੇ ਕਾਹਦੇ ਬਦਲੇ ਲੈਣੇ ਨੇ ਉਸਤਾਦ ਜੀ ਆਨੇ ਦੀ ਦੁਕਾਨ ਪਾਈ ਹੈ ਹਾਂਜੀ ਨਾ ਮੈਂ ਕਦੀ ਦੁੱਧ ਚ ਪਾਣੀ ਪਾਇਆ ਹਾਂਜੀ ਨਾ ਮੈਂ ਕਦੀ ਮਿਰਚਾਂ ਚ ਪੂਰਾ ਪਾਇਆ ਕਿਉਂ ਪਹਿਲਾਂ ਹੀ ਪਾਇਆ ਹੁੰਦਾ ਉਸਤਾਦ ਜੀ ਤੁਸੀਂ ਬੜੇ ਇਮਾਨਦਾਰ ਹੋ ਤੁਹਾਡੇ ਚਿਹਰੇ ਦਾ ਨੂਰ ਹੀ ਦੱਸ ਰਿਹਾ ਹੈ ਓਏ ਅਮਨ ਕੱਲ ਤੋਂ ਨੇ ਹਮੇਸ਼ਾ ਦਲੀਲ ਕਰਵਾਇਆ ਕਿਵੇਂ ਇਹ ਮੈਨੂੰ ਕਹਿੰਦਾ ਫੇਰਾ ਸੁਣ ਗਿਆ ਹਾਂ ਤੂੰ ਕਿੰਨਾ ਘਰ ਫੇਰਾ ਸੁਣ ਗਿਆ ਸ਼ੇਖ ਅੱਛਾ ਹਾਂ ਤੇ ਸ਼ੇਖ ਕੌਮ ਤੈਨੂੰ ਪਤਾ ਕਿੱਡੀ ਸ਼ਾਦੀ ਕੌਮ ਹਾਏ ਤੈਨੂੰ ਕੀ ਦੱਸਾਂ ਦੋਸਤਾ ਦੋ ਸ਼ੇਖ ਮਰੀ ਗਏ ਹੋਟਲ 'ਚ ਕਮਰੇ 'ਚ ਮਰ ਗਏ ਕਿਵੇਂ ਇੱਕ ਦੂਜੇ ਨੂੰ ਕਹਿੰਦੇ ਰਹੇ ਰੋਟੀ ਤੂੰ ਮੰਗਾ ਰੋਟੀ ਤੂੰ ਮੰਗਾ ਭੁੱਖੇ ਮਰ ਗਏ ਵਾਹ ਸ਼ਿਦਾ ਦੀ ਯਕੀਨ ਕਰੋ ਇਹ ਗੱਲ ਕੋਈ ਨਹੀਂ ਮੇਰਾ ਖਿਆਲ ਹੈ ਕੁਝ ਨਹੀਂ ਹੁੰਦਾ ਯਕੀਨ ਕਰੋ ਸ਼ੇਖ ਕੌਮ ਵਾਕਈ ਸ਼ਲਾਲੀ ਕੌਮ ਦੁਨੀਆ ਦੀ ਇੱਕ ਸ਼ੇਖ ਦੇ ਘਰ ਬਿੱਲੀ ਵੜ ਗਈ ਅੱਛਾ ਅੰਦਰ ਵੜ ਕੇ ਉਹਨੇ ਦੁੱਧ ਪੀ ਲਿਆ ਫੇਰ ਉਹਨੂੰ ਕੁੱਟਿਆ ਤੇ ਨਹੀਂ ਫੇਰ ਅੰਦਰ ਵੜ ਕੇ ਚੋਲੇ ਆ ਸਾਡੇ ਪਿੰਡ ਇੱਕ ਸ਼ੇਖ ਨੇ ਦੇਸੀ ਸ਼ਰਾਬ ਪੀ ਲਈ ਤੇ ਘਰ ਵੜ ਗਿਆ ਫੇਰ ਤੂੰ ਹੋਇਆ ਹਾਂ ਅਸਲ ਵਾਲੀ ਗੱਲ ਨਹੀਂ ਉਹ ਤੇ ਸ਼ੇਖ ਸੀ ਨਾ ਹਾਂ ਲਾਹੌਰ ਸ਼ਹਿਰ ਤੇ ਵੈਸੇ ਹੀ ਭੁੰਡੀ ਬੜੀ ਹੁੰਦੀ ਹੈ ਅੱਛਾ ਜੀ ਤੂੰ ਤੇ ਘਰ ਨਹੀਂ ਹੁੰਦਾ ਮੈਂ ਇੱਕ ਮਿੰਟ ਇਹ ਵੀ ਭੁੰਡੀ ਕਰਨ ਤਰੀ ਆਈ ਪੈਸਿਆਂ ਦਾ ਕੀ ਕਰਨਾ ਭੋਲਾ ਕਿੱਥੇ ਦਰਵਾਜ਼ਾ ਕਿਉਂ ਤੋੜਾ ਆ ਬਾਹਰ ਨਿਕਲ ਬੋਲਿਆ ਹਾਂ ਅੱਜ ਤੇਰਾ ਬੇੜਾ ਗਰਕ ਜਾ ਤੇਰਾ ਮਾਇਆ ਬਾਹਰ ਨਿਕਲ ਤੇਰਾ ਤੁਹਾਰਾ ਖਾਨਾ ਖਰਾਬ ਕਿਆ ਮੁਸੀਬਤ ਹੈ ਕਿਆ ਤੁਮਨੇ ਰੋਲਾ ਡਾਲਾ ਹੋਇਆ ਅਰੇ ਉਰਦੂ ਮੇ ਰੋਲਾ ਕਹਾਂ ਸੇ ਆ ਗਿਆ ਰੋਲਾ ਹੀ ਡਲਤਾ ਹੈ ਸ਼ੋਰਗੁਲ ਕੋ ਰੋਲਾ ਨਹੀਂ ਬੋਲਦੇ ਸ਼ੋਰਗੁਲ ਹੈ ਔਰ ਸ਼ੋਰਗੁਲ ਉਰਦੂ ਦਾ ਤੇ ਮਜ਼ਾ ਲਵੋ ਉਰਦੂ ਦਾ ਇਸ ਤਰ੍ਹਾਂ ਦੀ ਔਰਤ ਆਪਣੀਆਂ ਭੈਣਾਂ 'ਚ ਬੈਠੀ ਉਰਦੂ ਬੋਲ ਰਹੀ ਹੁੰਦੀ ਦੇਖੋ ਮੇਰੀ ਭੈਣ ਨੇ ਸਾਰੀ ਰੋਟੀ ਖਾ ਗਈ ਮੇਰੇ ਲਈ ਚੱਪਾ ਤੱਕ ਨਾ ਛੋੜੋ ਅਬ ਬੋਲ ਉਰਦੂ ਅਜੀਬ ਹੁੰਦੀ ਹਾਟੋ ਹਾਟੋ ਮੇਰੀ ਟਾਂਗੋ ਕੇ ਬਾਲ ਨਾ ਪਾਟੋ ਇਹ ਗੜੀ ਉਰਦੂ ਏ ਖਬਰਦਾਰ ਉਰਦੂ ਕੋ ਕੁਝ ਕਹਾ ਉਰਦੂ ਕੋ ਇਧਰ ਉਧਰ ਡਿਸਟਰਬ ਨਹੀਂ ਕਰਨਾ ਸਮਝ ਆ ਉਰਦੂ ਬੋਲਣ ਦੀ ਵਜ੍ਹਾ ਸਦਕੇ ਜਾਵਾ ਕਰਾਚੀ ਤੋਂ ਆਏ ਕਰਾਚੀ ਸੇ ਆਈ ਹੂੰ ਮੈਂ ਕਰਾਚੀ ਸੇ ਆਈ ਹੂੰ ਆਪ ਕਰਾਚੀ ਸੇ ਆਈ ਹੈ ਇਹ ਯਹਾਂ ਓਹੋ ਹੋ ਹੋ ਕਿਆ ਮੇਕਅਪ ਕੀਤਾ ਸੁਭਾਨ ਅੱਲਾ ਲੇਕਿਨ ਕਰਾਚੀ ਤੋਂ ਜਿਹੜੀ ਆਈ ਯਹਾਂ ਆਈ ਹੈ ਨਾ ਓਏ ਅੱਜ ਫਿਰ ਅੱਛਾ ਗੱਲ ਹੈਗੀ ਹੈ ਕਿ ਤੁਸੀਂ ਸਮਝਣ ਦੀ ਕੋਸ਼ਿਸ਼ ਕਰੋ ਇਹ ਮੈਨੂੰ
ਚੰਗੀਆਂ ਨਹੀਂ ਲੱਗਦੀਆਂ। ਕਿਉਂ? ਉਹ ਪੁੱਤਰ ਖੁਸਰੇ ਬਹੁਤ ਚੰਗੇ। ਉਸਤਾਦ ਜੀ ਖੁਸਰੇ ਤੋਂ ਯਾਦ ਆਇਆ, ਹਾਂਜੀ, ਆ ਖੁਸਰਾ ਕਿੰਨੇ ਪੈਸੇ ਲੈਂਦਾ? 250 ਰੁਪਈਆ ਲੈ। ਤੁਸੀਂ ਗੱਲ ਕਰਦਾ 400 ਮੰਗੇ। ਸ਼ਾਬਾਸ਼, ਕਿੱਥੇ ਹੈ ਭੋਲਾ, ਕਿੱਥੇ ਭੋਲਾ? ਇਹ ਕਿਆ ਬਾਤ ਹੈ, ਬਾਤ ਕਰਨ ਕਾ ਲੇਡੀਜ਼ ਸੇ ਕੋਈ ਤਰੀਕਾ ਹੋਤਾ ਹੈ? ਏਕ ਤੋ ਮੇਰੇ ਘਰ ਮੇ ਆਕੇ ਸਿਆਪਾ ਡਾਲ ਦਿਆ ਹੈ, ਉੱਪਰ ਸੇ ਤੁਮ ਬਕਵਾਸ ਕਰ ਰਹੇ ਹੋ। ਕਿਧਰ ਹੈ ਭੋਲਾ? ਮੇਰਾ ਬੇਟਾ ਹੈ ਭੋਲਾ। ਸਮਝ ਆ ਗਿਆ? ਕਰ ਦਿੱਤਾ ਉਹਨੇ ਕਿਆ? ਮੈਂ ਅਗਰ ਕਦੀ ਮੈਂ ਸਵਾਲ ਲੈਣ ਭੇਜੇ ਉਹਨੂੰ ਰੇੜੀ ਤੇ, ਹਾਂ, ਵਾਪਸ ਆਇਆ ਤੇ ਬਦਾਮਾਂ ਦੀ ਬੋਰੀ ਗਏ। ਹਾਏ ਅੱਲਾ, ਉਹ ਬੱਚਾ ਹੈ ਮਾਸੂਮ, ਉਸਕੋ ਤੁਮਨੇ ਇਤਨੇ ਪੈਸੇ ਕਿਉਂ ਦੇ ਦਿਏ? ਜਿਹੜਾ ਤੂੰ ਜੰਮਿਆ ਹੈ, ਉਹ ਜਿਹੜਾ ਤੂੰ ਜੰਮਿਆ ਉਹ ਕਾਹਦਾ ਮਾਸੂਮ ਹੋਣਾ? ਯਕੀਨ ਕਰੋ, ਇਹੋ ਜਿਹੀ ਔਰਤ ਤੇ ਸਫੈਦੇ ਦੇ ਦਰਖਤ ਅੱਗੇ ਖਲੋ ਕੇ ਦੁਆ ਹੀ ਬੜੀ ਅਜੀਬ ਮੰਗਦੀ ਹੈ। ਯਾ ਬਾਬਾ ਸਫੈਦਾ, ਤੇਰੇ ਲੰਮੇ ਹੁਣ ਤਾਂ ਮੈਨੂੰ ਕੀ ਫਾਇਦਾ? ਮੈਨੂੰ ਨਹੀਂ ਬਈ, ਤੇਰੇ ਤਾਂ ਫਲ ਫੁੱਲ ਤੇ ਕੋਈ ਲੱਗਦਾ ਨਹੀਂ, ਮੈਨੂੰ ਨਾ ਮਰਵਾ ਦੇਣਾ। ਅੰਨੀ ਦਾ ਅਗਲੇ ਚ ਨੁਕਸ ਕੱਢੀ ਜਾਣੇ, ਕਿੱਡੀ ਸੋਹਣੀ ਕੁੜੀ ਹੈ ਪਾਗਲਾ। ਇਹੋ ਜਿਹੀ ਸੋਹਣੀ ਕੁੜੀ ਸਾਡੇ ਲਿਆ ਔਰ ਖਲੋਤੀ, ਇਹ ਕੋਈ ਡਰਦਾ ਨਹੀਂ ਛੇੜਦਾ। ਮੰਨ ਗਈ ਤਾਂ ਕਿੱਥੇ ਖੱਜਲ ਹੋਵਾਂਗੇ। ਤੁਹਾਡੀ ਵੀ ਇਮਾਨਦਾਰਾਂ ਨਾਲ ਬਾਤ, ਇਸ ਬੰਦੇ ਕੇ ਤਜਰਬੇ ਬਤਾ ਰਹੇ ਪਿਸ਼ਾਵਰ ਕਿਤਨੇ ਚੱਕਰ ਲਗੇ। ਮੈਡਮ ਬਿਲਕੁਲ ਸਿੰਗਰ ਹੈ, ਪਿਸ਼ਾਵਰ ਦਾ ਸਿੰਗਰ ਹੈ, ਉੱਥੇ ਖਲੋ ਕੇ ਪਿਸ਼ਾਵਰ ਗਾਣਾ ਗਾ ਰਿਹਾ ਸੀ। ਜੀ ਕਰਦਾ ਭਾਈ, ਜੀ ਕਰਦਾ, ਚੁੱਕ ਲਿਆ ਪਠਾਣਾ ਨੇ। ਫਿਰ ਆਪਸ ਮੇ ਤੁਮਾਰੇ ਕੁਛ ਖਾਨੇ ਨਹੀਂ ਪੂਰੇ ਹੋਤੇ, ਆਏ ਮੇਰੇ ਬੇਟੇ ਕੀ ਬਾਤੇ ਕਰਨੇ, ਦਿਮਾਗ ਨਹੀਂ ਤੁਮ ਲੋਗੋ ਕਾ, ਮੈਂ ਸਹੀ ਕਰ ਦੂੰਗੀ। ਇਹ ਕੌਣ ਹੈ ਬੰਦਾ ਗਲੀ ਚ ਮੰਜੀ ਡਾ ਕੇ ਸੁੱਤਾ? ਉਹ ਮੁਝੇ ਨਹੀਂ ਪਤਾ, ਆਪ ਸੁੱਤਾ ਮਸਲਾ ਉਹਨੇ ਖੜਾ ਕੀਤਾ। ये कौन थे बंदे जो घर से निकले? अरे बंदे क्या थे, ये तुम्हारे मुंह लगाए हुए पता नहीं महल्लेदार है। कौन है? ऐसे महल्लेदार होते आगे मेरे से बदतमीजी कर रहे, मैंने उनकी बदतमीजी बर्दाश्त करी, उनको कह देना आइंदा से मेरी बीवी के साथ ना कोई ऐसी गुफ्तगू ना करे, ना मेरी इंस्पेक्ट करे। 20 साल हो गए ने तेरे नाल ब्याह कीते, मैनू हजे तक ये नहीं पता लगा तेरी ब्रेक किथे है। ਬ੍ਰੇਕ ਕੀ ਕਿਆ ਬਾਤ ਹੈ, ਬੰਦਾ ਬਾਤ ਕਰਤਾ ਬਾਤ ਨਾ ਕਰੇ ਰਹਿ ਜਾਏ, ਯੇ ਤੋ ਕੋਈ ਬਾਤ ਨਾ, ਬੰਦਾ ਆਪਣਾ ਮਸਲਾ ਬਤਾਤਾ, ਮੁਸ਼ਕਿਲ ਪਰੇਸ਼ਾਨੀ ਬਤਾਤਾ। ਓ ਪੰਜਾਬੀ ਬੋਲਿਆ ਕਰ, ਕਰਾਚੀੋਂ ਆ ਗਈ ਹੁਣ ਤੂੰ? ਕਰਾਚੀ ਸੇ ਆ ਗਈ ਤੋ ਕਿਆ ਹੋ ਗਿਆ, ਅਗਰ ਮੈਨੇ ਤੁਮਸੇ ਸ਼ਾਦੀ ਕਰ ਲਈ ਤੋ ਕੋਈ ਜ਼ਿਆਦਤੀ ਕਰ ਲਈ? ਏਕ ਤੋ ਕਾਲੇ ਬੰਦੇ ਸੇ ਸ਼ਾਦੀ ਕਰ ਲਈ, ਹਾਏ ਮੇਰੇ ਨਸੀਬ ਫੂਟ ਗਿਆ। ਪੰਜਾਬੀ ਕਿਉਂ ਨਹੀਂ ਬੋਲਦੀ? ਪੰਜਾਬੀ ਮੈਨੂੰ ਦੂਰ ਪੈਂਦੀ ਹੈ ਬਸ। ਤੂੰ ਪੰਜਾਬ ਨੇੜੇ ਪੈਂਦਾ ਉਹ ਕਰ ਲਿਆ ਕਰ, ਉਹ ਬੋਲਿਆ ਕਰ। ਪੰਜਾਬ ਨੇ ਦੇਖ ਲੋ, ਮੈਂ ਆਪਸੇ ਕਹਾ ਕਿ ਮੇਰੇ ਸਾਥ ਬਦਤਮੀਜ਼ੀ ਨਾ ਕਰੇ, ਮੈਂ ਆਪ ਕੋ ਸਲੀਸ ਉਰਦੂ ਮੇ ਬਾਤ ਕਰਤੀ ਹੂੰ, ਆਪ ਹੀ ਮੇਰੇ ਸਾਥ ਸਲੀਸ ਪੰਜਾਬੀ ਮੇ ਬਾਤ ਕੀਆ ਕਰੇ। ਨਹੀਂ ਫਰੂਕ ਸਤਾਰ ਦੀਏ ਸਾਲੀਏ, ਉਹ ਮੈਨੂੰ ਕੀ ਟੈਨਸ਼ਨ ਚ ਪਾ ਦਿੱਤਾ, ਉਹ ਮੈਂ ਸਬਜ਼ੀ ਵੇਚਣ ਵਾਲਾ ਸਿੱਧਾ ਸਾਦਾ ਆਦਮੀ, ਉਹ ਮੈਨੂੰ ਉਰਦੂ ਬੋਲ ਬੋਲ ਕੇ ਮੇਰਾ ਦਿਮਾਗ ਖਰਾਬ ਕਰਤਾ ਤੂੰ ਫੜ ਕੇ। ਦਿਮਾਗ ਖਰਾਬ ਕਰਦੀ ਬਲਕੇ ਤੂੰ ਉੱਠਨੇ ਬੈਠਨੇ ਕਾ ਤਰੀਕਾ ਸਲੀਕਾ ਆ ਗਿਆ, ਸਮਝ ਆਈ ਨਾ ਪੈਂਡੂ? ਹਜੇ ਤੱਕ ਤੈਨੂੰ ਬਤਾਉਂ ਨਹੀਂ ਕਹਿਣਾ ਆਇਆ। ਲੈ ਯੇ ਕੌਨ ਸੀ ਮੁਸ਼ਕਿਲ ਬਾਤ ਹੈ, ਬਤਾਓ। ਲੈ ਬਤਾਓ। ਹਾਂ ਨਹੀਂ ਬਤਾਓ, ਬਤਾਓ ਬਤਾਓ, ਪੱਕਾ ਹੁੰਦਾ ਬਤਾਓ, ਕੱਚਾ ਹੁੰਦਾ, ਤੇਰਾ ਭਲਾ ਹੋਇਆ? ਆਪ ਸਬਜ਼ੀ ਵੀ ਉਗਾਤੇ ਰਹੇ? ਸਬਜ਼ੀ ਉਗਾਤਾ ਨਹੀਂ, ਵੇਚਦਾ ਰਹੋ, ਵੇਚਦੇ ਰਹੋ। ਜਾਨੂ ਛੋੜੋ ਨਾ ਲੜਾਈ ਝਗੜੇ, ਐਵੇਂ ਲੜਾਈ ਝਗੜੇ ਨਾ ਕੀਆ ਕਰੇ ਮੇਰੇ ਸਾਥ। ਕਿਆ ਕੀਆ ਕਰੂੰ ਹੈ, ਕਿਆ ਕਰਨਾ, ਤੁਮਸੇ ਕੁਛ ਕਿਆ ਹੋਣਾ, ਕਿਸੇ ਦੀ ਝੋਲੀ 'ਚ ਬੈਠਾ ਭਰਾ। ਕੋਈ ਬਾਤ ਨਹੀਂ, ਮੇਰਾ ਬੇਟਾ ਜੋ ਹੈ, ਹਾਂ, ਕਹਾਂ ਹੈ ਵੋ ਕਾਮ ਪੇ ਗਿਆ ਥਾ। ਅਰੇ ਵੋ ਕਿਆ, ਉਸਕੀ ਬੜੀ ਸ਼ਿਕਾਇਤ ਹੈ, ਆਪਣੇ ਬੇਟੇ ਕੋ ਨਾ ਜ਼ਰਾ ਲਗਾਮ ਦੇ ਕੇ ਰੱਖੋ। ਕਿਆ ਲਗਾਮ ਦੇ ਕੇ ਰੱਖੂੰ? ਸਾਰੋ ਕੇ ਸਮਾਨ ਰੋੜ ਕੇ ਆ ਜਾਂਦਾ ਹੈ। ਅੱਛਾ, ਹਾਂ, ਤੋ ਕਿਆ ਕਰੂੰ ਉਸਕਾ? ਉਸਕੋ ਸਮਝਾਓ। ਉਹ ਚੱਲ ਜਾ ਜਾ ਕੇ ਮੇਰੇ ਵਾਸਤੇ ਕੁਝ ਖਾਣ ਪੀਣ ਵਾਸਤੇ ਲਿਆ, ਸਵੇਰ ਦਾ ਕੰਮ ਤੇ ਗਿਆ ਸਾ। ਠੀਕ ਹੈ, ਪੰਡਿਆ। ਐ ਜਾਨੂ ਜੀ, ਆਖੀ ਆਲੂ ਪਰਾਠੇ ਲਿਆਓ। ਹਾਂ, ਘੀ ਮੇ ਨਾ ਬਣੇ ਹੋ, ਸਰੋਂ ਕੇ ਤੇਲ ਮੇ ਬਣੇ ਹੋ। ਸਰੋਂ ਕੇ ਤੇਲ, ਦੇਖਾ ਨਾ ਸਬਜ਼ੀ ਵਾਲਾ, ਮੇਰੀ ਗੁਰਬਤ ਵਾਲੀ ਬਾਤ ਹੈ। ਜਲਦੀ ਜਾਓ, ਆਰਾਮ ਸੇ ਬੈਠਤਾ ਹੂੰ, ਬੈਠ ਕੇ ਮੈਂ ਪਰਾਠੇ ਖਾਤਾ ਹੂੰ ਆਲੂ ਵਾਲੇ। ਮੈਂ ਆ ਜਾਊਂ। ਇਹ ਕੌਣ?
हेलो कैसे हैं आप? मैं तो तेनु पार्क का टाइम दिता सी, तू घर ही आ गई। तो आप पार्क पे मुझे मिले नहीं ना? ओ घर नहीं सी आना, तेनु पता है इत्थे मेरी एक बीवी एक पुत्र एक धी है। तो आप मुझे पार्क में क्यों नहीं मिले? हां पार्क में क्यों नहीं मिले? पर आपने तो मुझे बताया नहीं था कि आपकी शादी हुई है। ओ शादी हुई है मेरी, दसना जरूरी सी। तो क्यों नहीं बताया आपने मुझे? आप बता दिया ना? हां बता तो दिया। तो फिर हुन की सलाह है? आपने मेरे से झूठ क्यों बोला? कि आप बहुत अमीर है। अमीर आदमी है? नहीं, अजे परसों मेरे अकाउंट में कोई बंदा 6000 रुपया सुट गया। पता नहीं केड़ा कंजर दा पुत्र सी, मैनू पता ही नहीं लगा। आपका घर देखा अंदर से कितना गंदा है? हां आपका घर अंदर से इतना गंदा है? आप अंदर से ना देखे बाहर से देखे। तो बाहर से देखे? अजे कल 4000 रुपये की कली कराई, 6000 रुपया जाया नहीं किया, अपना जाती जहाज खरीदया। जहाज? हां कौन सा? जंगी। जंगी सुवे वाला? सुवे वाला क्या होता है? F-16। वो क्या होता है? ये क्या करता है सुवे वाला जहाज? ये छावनियां तबाह करता है। छावनी का पता नहीं होता ना? छावनी का नहीं पता आपने? नहीं, ये छावनी जब तबाह होगी उदो तेरे पता लगना। ये असल में छावनी होती है दुश्मन का ठिकाना। अच्छा, ये जो फौजी रखते हैं अपना असला सामान। एक मोर्चा होता है। मोर्चा क्या होता है? ये शुरू शुरू में छावनी होती है ना। हाँ। फिर मेरे भरा मेरे तो अगे दो कदम पहुंचे। पता है मोर्चे का? नहीं पता, बताएं। तू तो जानी इतनी जंग लग जाए हैं? चले बताएं ना। हम एटमी ताकत है, हमें पता होना चाहिए छावनी क्या है, मोर्चा क्या है, असला क्या है। दस्ती बम देखे कभी? नहीं। ये दस्ती बम होता जो तो कोई हथियार ना लभे उदो चलाईदा, और बड़ा खतरनाक हथियार है। कैसे होता है? ਇਹਦਾ ਪਤਾ ਕੋਈ ਨਹੀਂ ਹੁੰਦਾ, ਦਿਲ ਕਰੇ ਹੱਥ ਚੱਲ ਜਾਵੇ। ਇਹ ਪਿੰਨ ਕੱਢ ਕੇ ਦੂਰ ਸੁੱਟੀ ਦਾ ਦੁਸ਼ਮਣਾਂ ਦੇ। ਅੱਛਾ ਕੀ ਸਮਝੀਏ? ਔਰ ਕੋਈ ਬਾਤ ਕਰਨਾ ਚਾਹਤੀ ਹੈ? ਹਾਂ। ਕੀ ਮੈਨੇ ਤਾਂ ਅਮੀਰ ਲੜਕੇ ਸੇ ਸ਼ਾਦੀ ਕਰਨੀ, ਆਪ ਤਾਂ ਅਮੀਰ ਹੈ ਹੀ ਨਹੀਂ। ਅਮੀਰ ਬੰਦੇ ਨਾਲ ਵਿਆਹ ਕਰਨ ਦਾ ਫਾਇਦਾ ਹੀ ਕੋਈ ਨਹੀਂ। ਕਿਉਂ? ਉਹਨੇ ਤੈਨੂੰ ਟਾਈਮ ਹੀ ਨਹੀਂ ਦੇਣਾ। ਇਹ ਗਰੀਬ ਬੰਦਾ ਹੁੰਦਾ ਜਿਹੜਾ ਘੰਟਾ ਪੌਣਾ ਘੰਟਾ ਦੇ ਦਿੰਦਾ, ਪੌਣਾ ਘੰਟਾ ਤੇ ਬੜਾ ਹੁੰਦਾ ਨਾ। ਅਮੀਰ ਬੰਦਾ ਉਹਦਾ ਫਾਇਦਾ ਕੋਈ ਨਹੀਂ, ਉਹਨੇ ਬਿਜ਼ਨਸ ਡੀਲ ਤੇ ਗਿਆ ਹੋਣਾ, ਮਗਰ ਉਹ ਤੂੰ ਡਰਾਈਵਰ ਨਾਲ ਪਾਗਲ ਹੋਈ ਫਿਰਨਾ। ਕੀ ਸਮਝੀ? ਸਮਝ ਗਈ। ਗਰੀਬ ਆਦਮੀ ਕੀ ਜ਼ਿੰਦਗੀ ਹੈ? ਨਹੀਂ ਮੈਂ ਗਰੀਬ ਸੇ ਨਹੀਂ ਕਰੀ ਹੈ, ਮੈਂ ਗਰੀਬ ਆਦਮੀ ਸੇ ਸ਼ਾਦੀ ਨਹੀਂ ਕਰੀ। ਤੇਰਾ ਵਿਆਹ ਫਿਰ ਸ਼ੇਖ ਰਸ਼ੀਦ ਨਾਲ ਕਰਾ ਦਈਏ? ਨਹੀਂ, ਤੈਨੂੰ ਪੁਰਾਣੇ ਇੰਜਣ ਤੇ ਬਾਈ ਫਿਰੇਗਾ ਹੈ। ਨਹੀਂ ਕਿਸ ਸੇ ਸ਼ਾਦੀ ਕਰਨਾ ਚਾਹਤੀ? ਆਪ ਸੇ। ਮੁਝ ਸੇ? ਹਾਂ। ਲਾ ਪੈਸਾ ਦੀ ਟਿਕਟ ਲਈ ਜਾਂਦੇ ਨਾ ਕਰਾ ਦੇ, ਤੂੰ 100 ਪਾ ਕੇ ਖੋਤੀ ਲੈ ਲਾ। ਹਾਏ ਨਾ, ਹਾਏ ਮੇਰਾ ਬੇੜਾ ਕਰ, ਹਾਏ ਤੁਹਾਰਾ ਸਤਿਆ ਨਾ, ਤੁਹਾਰਾ ਖਾਣਾ ਖਰਾਬ। ਇੱਕ ਮੇਰੀ ਬੇਤੀ ਹੈ, ਨਮਾਜ਼ ਪੜਿਆ ਕਰ। ਆ ਕੁੜੀ ਆਈ ਮੈਂ ਕਿਹਾ ਕੋਈ ਨਮਾਜ਼ ਪੜਿਆ ਕਰ, ਚੰਗੇ ਕੰਮ ਕਰਿਆ ਕਰ, ਬੱਚੀ ਹਜੇ ਸਮਝਦੀ ਨਹੀਂ। ਹਾਏ ਮੇਰੇ ਸਾਹ ਮੇ ਸਾਹ ਆ ਗਏ। ਹਾਂ ਹਾਂ ਤੂੰ ਵੀ ਸਮਝਾ ਇਹਨੂੰ। ਹਾਂ ਬੇਟੀ ਇਹ ਕੋਈ ਬਾਤ ਨਹੀਂ। ਹਾਂ ਕੋਈ ਬਾਤ ਨਹੀਂ ਬੇਟੀ, ਧੀ ਧਿਆਣੀ ਇਸ ਕੇ ਲਈ ਮੈਂ ਬੇਟਾ ਕੁਝ ਖਾਓਗੀ ਤੂੰ? ਮੈਂ ਬੇਟੀ ਸ਼ੇਟੀ ਨਹੀਂ ਹੈ ਇਨਕੀ। ਫਿਰ ਕੀ ਆਓ? ਇਹਨਾਂ ਨੇ ਮੈਨੂੰ ਸ਼ਾਦੀ ਕਰਨ ਕੇ ਲਈ ਬੁਲਾਇਆ ਹੈ। ਹਾਂ ਹਾਂ ਮੇਰਾ ਫਿਰ ਹਾਂ ਤੇਰਾ ਸਭਿਆ ਨਾ ਤੇਰਾ ਖਾਣਾ ਕਰਾ ਵੇ ਕਾਲੇ ਵੇ ਤੇਰਾ ਬੇੜਾ ਵੇ ਮੇਰੇ ਨਾਲ ਕੀ ਨੁਕਸ ਆ? ਤੇਰੇ ਚ ਬਹੁਤ ਨੁਕਸ ਨੇ। ਕੀ? ਮੈਂ ਫੀਮ ਆਪਣੇ ਵਾਸਤੇ ਲਿਆਣਾ, ਖਾ ਤੂੰ ਜਾਨੀ। ਮੈਂ ਵੀ ਟਰਾਲਾ ਚਲਾ ਚਲਾ ਕੇ ਅੱਕ ਗਿਆ, ਮੈਂ ਵੀ ਚਾਹਨਾ ਸੁਜ਼ੂਕੀ ਨੂੰ ਸਦਾ ਮਾਰਾਂ। ਟਰਾਲਾ? ਮੁਝੇ ਟਰਾਲਾ ਬੋਲੇ? ਟਰਾਲਾ ਵੀ 26 ਵੀਲਾ ਵਾਲਾ। 26 ਵੀਲਾ ਵਾਲਾ ਬੰਦੇ ਨੂੰ ਕੁਚਲ ਕੇ ਰੱਖ ਦਿੰਦਾ ਜਿਹੜਾ। ਆਪ ਤੁਮ ਕੌਣ ਹੋ? ਤੁਮ ਵੀ ਚਿੰਚੀ ਰਿਕਸ਼ੇ ਹੋ? ਚਿੰਚੀ ਰਿਕਸ਼ੇ ਹੋ? ਜੋ ਵਜ਼ਨ ਵੀ ਨਹੀਂ ਉਠਾ ਸਕਦਾ। ਕਿਉਂ 6 ਸਵਾਰੀ ਵੀ ਬਾ ਲੈਂਦਾ? ਨਹੀਂ ਟੈਂਕੀ ਪੇ ਟੈਂਕੀ ਪੇ ਹਾਂ ਚਾਲੇ ਮੇਰੇ ਬੰਦੇ ਕੋ ਫਸਾਨੇ ਕੀ ਜ਼ਰੂਰਤ ਨਹੀਂ, ਚਾਲੇ ਨਿਕਲ ਬਾਹਰ। ਆਪਕੇ ਬੰਦੇ ਨੇ ਬੁਲਾਇਆ ਮੁਝੇ? ਮੈਂ ਤਾਂ ਇਸਕਾ ਜੋ ਕਚੂਮਰ ਬਣਾਉਂਗੀ ਨਾ ਵੋ ਮੁਝੇ ਪਤਾ ਹੈ। ਇਸ ਮੈਂ ਸੱਕੇ ਜਾਵਾ? ਹਾਂ ਹਾਏ 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 ਮੈਂ ਤਾਂ ਸਹੀ ਯਕੀਨ ਕਰ ਕਿੱਡੀ ਨਰਮ ਔਰ ਮੁਲਾਇਮ ਬੱਚੀ। ਇਦਾਂ ਰੋ ਮੁੰਨਰਮ ਹਾਂ ਵੇ ਲੱਗਦਾ ਜੜਾ ਵਾਲੇ ਦਾ ਰੋੜ ਪੁੱਟਿਆ। ਮੈਂ ਤੁਹਾਰੇ ਵੋ ਰੋੜ ਪੁੱਟੂਗੀ ਨਾ। ਕੀ ਬਾਤ ਹੈ, ਇਧਰ ਜ਼ਰਾ ਚੱਲ ਕੇ ਦਿਖਾਏ, ਇਧਰ ਜ਼ਰਾ ਵਾਕ ਕਰੇ ਥੋੜੀ। ਕੀ ਬਾਤ ਹੈ,
ਲੱਗਦਾ ਮੀਰਾ ਜਾਣ ਲਈ ਇੱਧਰ ਤੁਸੀਂ ਟੁਰਨਾ। ਖੁੱਲ ਗਿਆ ਸੂਰ ਕਮਾਦਾਂ 'ਚ। ਮੈਂ ਤੁਹਾਡੇ ਦਿਮਾਗ ਕੀ ਖਿੜਕੀ ਰੋਸ਼ਨ ਕਰ ਦੂੰਗੀ। ਆਪ ਕੁਛ ਕਹਿਣਾ ਚਾਹਤੀ, ਕੁਛ ਖਾਣਾ ਪੀਣਾ ਚਾਹਤੀ? ਹਾਂ ਜੀ, ਮੈਂ ਜਾ ਰਹੀ ਹਾਂ ਇਸ ਟਾਈਮ। ਕਿਆ ਖਾਏਂਗੀ ਬਤਾ? ਆਪਨੇ ਬਹੁਤ ਇਕਸਾਈਟ ਕਰਵਾ ਦੀ ਹੈ ਮੇਰੀ। ਮੈਂ ਚੁਟਕੇ ਜਾਵਾਂ, ਕਿਆ ਖਾਏਂਗੀ ਆਪ? ਪੀਜ਼ਾ। ਪੀਜ਼ਾ ਤੂੰ ਕੀ ਖਾਣਾ ਹੈ? ਮੈਂ ਵੱਲੋਂ ਵਾਲਾ ਪਰਾਠਾ। ਖੋਲ ਕੇ ਦਿਆਂ ਤੈਨੂੰ? ਪਿੱਛੇ ਰਹਿ ਕੇ ਗਿਆ। ਓਹੀ ਜਿਹੜਾ ਫਿਰ ਮਾੜੀ ਦੀ ਮਾੜੀ ਵੱਲੋਂ ਵਾਲਾ ਪਰਾਠਾ। ਆਪ ਕਿਆ ਖਾਏਂਗੀ? ਪੀਜ਼ਾ। ਫਿਰ ਪੀਜ਼ਾ ਇੱਕਦਮ ਹੀ ਖਾਣਾ ਹੈ। ਅੱਛਾ ਤੇ ਤੁਸੀਂ ਵਾਦਾ ਖਿਲਾਣਾ? ਮੈਂ ਮੱਛੀ ਖਾਉਂਗੀ। ਮੂੰਹ ਤੇਰਾ ਚੰਡਾ ਖਾਣ ਵਾਲਾ। ਆਏ ਨਾ ਆਪਕੋ ਮੈਂ ਜ਼ਰਾ ਸੀਓ ਕਰੂੰ। ਮੈਂ ਆਪ ਦੇਖੋ ਕਿਤਨੀ ਚਟਾਈ ਹੈ ਬੀਵੀ ਕੇ ਸਾਹਮਣੇ। ਇਤਰਾ ਕਾਲੇ ਇਦਰਾ। ਹਾਂਜੀ ਹਾਂਜੀ ਕਾਲੇ ਇਦਰਾ। ਹਾਂ ਤੂੰ ਮੇਰੇ ਸਾਹਮਣੇ ਹੀ ਲੜਕੀ ਕੋ ਲਾ ਬਹੁਤ ਪਿਆਰ। ਦੁੱਧ ਮੱਖਣ ਮੇਰਾ ਬੇਟਾ ਤੇਰੇ ਡਾਂਸ ਤੋਂ ਪਤਾ ਲੱਗ ਗਿਆ ਅਸੀਂ ਕੋਈ ਸ਼ਰੀਫ ਲੋਕ ਨਹੀਂ। ਕੀ ਬਾਤ ਹੈ ਬੇਟਾ, ਡਾਂਸ ਕਰ ਰਹੀ ਸੀ ਪਿਓ ਦੇ ਸਾਹਮਣੇ। ਮੈਂ ਬੜਾ ਪ੍ਰਾਊਡ ਫੀਲ ਕਰ ਰਿਹਾ। ਅੱਬਾ ਜੀ ਮੇਰੀ ਗੱਲ ਸੁਣੋ ਨਾ। ਹਾਂਜੀ ਤੁਹਾਨੂੰ ਤਾਂ ਪਤਾ ਹੈ ਮੈਨੂੰ ਸ਼ੁਰੂ ਤੋਂ ਫਿਲਮਾਂ ਦਾ ਕਿੰਨਾ ਸ਼ੌਕ ਹੈ। ਤੇਰਾ ਬੇੜਾ ਗਰਕ ਜਾ, ਤੂੰ ਪਰਸੋਂ ਵੀ ਮੇਰੀ ਤੇ ਆਪਣੀ ਮਾਂ ਦੀ ਫਿਲਮ ਬਣਾ ਕੇ ਵਾਇਰਲ ਕਰਤੀ। ਉਹ ਕਿੰਨੇ ਲਾਇਕ ਆਏ, ਕਈਆਂ ਨੇ ਥੱਲੇ ਗਾਲਾਂ ਕੱਢੀਆਂ ਕਿ ਕੰਜਰੋ ਕੱਛਾ ਤੇ ਪਾ ਲੈਣਾ ਸੀ। ਐਸੀ ਫਿਲਮੇ ਨਹੀਂ ਬਣਾਤੇ। ਕੈਸੀ ਫਿਲਮ ਬਣਾਉਣਾ ਚਾਹਤੀ ਮੇਰੀ ਬੇਟੀ? ਮੈਂ ਤਾਂ ਇੰਡੀਆ ਟਾਈਪ। ਇੰਡੀਆ ਟਾਈਪ ਨਾ ਬਣਾ ਮੇਰਾ ਪੁੱਤਰ, ਤੂੰ ਇੰਗਲਿਸ਼ ਟਾਈਪ ਬਣਾ। ਇੱਕ ਹਬਸ਼ੀ ਲੈ ਹੀਰੋ। ਅੱਛਾ ਨਾਲ ਆਪਣੀ ਮਾਂ ਨੂੰ ਲੈ ਲੈ। ਹੈਲੋ ਸਰ, ਐਸੀ ਗੱਲ ਹੀ ਕੋਈ ਨਹੀਂ ਕਿ ਤੁਸੀਂ ਕਰੋ। ਜਨਾਬ ਕੀ ਹਾਲ ਹੈ? ਓਏ ਆ ਬਈ, ਕੌਣ ਹੈ ਤੂੰ? ਓਏ ਉਧਰ ਬਗੈਰ ਦੇ ਵਿੱਚ ਬਗੈਰ ਇਨਸਾਨ ਜਦੋਂ ਦਾ ਤੁਸੀਂ ਕੰਜਰਖਾਨਾ ਖੋਲਿਆ ਕੋਈ ਚਲਾਨ ਬੱਤੀ ਬਣਾ ਕੇ ਤੁੰਨ ਕੇ ਚਲਾ ਜਾ। ਇਸ ਕਰਕੇ ਮੈਂ ਕਹਿੰਦਾ ਕਿ ਪਿਆਰ ਮੁਹੱਬਤ ਰਹਿਣਾ ਚਾਹੀਦਾ, ਲੇਕਿਨ ਜੋ ਵੀ ਬਣਨਾ ਤੁਸੀਂ ਚਾਚਾ ਤੁਸੀਂ ਪਛਾਣਿਆ ਨੀ ਸਾਨੂੰ। ਲਾਹਨਤ ਵੀ ਨੀ ਪਾ ਸਕਦਾ, ਪਹਿਲੀ ਪੈਕ ਹੋਇਆ ਕੰਮ ਸਾਰਾ। ਲੇਕਿਨ ਤੁਸੀਂ ਸਾਡੇ ਵੱਡੇ ਜੀ, ਦੇਖੋ ਸਾਡੇ ਮੱਲੇਦਾਰ ਨੇ। ਇਹ ਤੁਹਾਡੀ ਕੀ ਹੈ ਜੀ? ਮੇਰੀ ਬੇਟੀ ਹੈ। ਇਹ ਤੁਹਾਡੀ ਵਾਲਦਾ ਹੈ ਜੀ? ਚਾਚੀ ਇੱਕ ਗੰਦੀ ਔਰਤ ਹੈ। ਮੈਂ ਤੁਹਾਨੂੰ ਸਹੀ ਕਹਿ ਰਿਹਾ। ਔਰਤ ਦੀ ਮੈਨੂੰ ਸਮਝ ਨਹੀਂ ਆਉਂਦੀ। ਦੇਖੋ ਜਦੋਂ ਦਾ ਵਿਆਹ ਹੋਵੇ, ਬਜ਼ੁਰਗ ਔਰਤ ਹੈ ਕਿ ਖੁਦਾ ਦਾ ਖੌਫ ਹੈ? ਆਪਣੀ ਆਖਰਤ ਵੇਖੋ ਤੁਸੀਂ, ਔਰਤਾਂ ਵੇਖੀ ਯਾਰ ਭਰਾ ਨੇ ਸਾਡੇ। ਲੇਕਿਨ ਜ਼ਿੰਦਗੀ ਦੇ ਵਿੱਚ ਦੇਖੋ ਜੋ ਵੀ ਹੋਣਾ ਚਾਹੀਦਾ ਨਾ। ਮੈਨੂੰ ਇਸ ਬੀਬੀ ਦੀ ਸਮਝ ਨਹੀਂ ਆਈ। ਕਿਉਂ ਇੱਧਰ ਭਾਈ, ਇੱਧਰ ਦੇਖੋ ਇਹ ਭਾਈ ਪਰਸੋਂ ਵੀ ਸਾਡਾ ਲੋਟਾ ਚੁੱਕ ਕੇ ਲੈ ਗਿਆ ਸੀ। ਉਹ ਮੁੱਛਾਂ ਵਾਲੇ ਜੇ ਇੱਧਰ ਦੇ ਆ ਕਿੱਧਰ ਚੱਲਣ? ਇੱਧਰ ਦੇ ਆ ਮੁਲਾਜ਼ਾ, ਕੀ ਹੋ ਗਿਆ ਕਿੱਧਰ? ਇਸ ਬੰਦੇ ਨੂੰ ਪੁੱਛਣਾ ਕੌਣ ਹੈ ਭਾਈ? ਮੈਂ ਮਸ ਦੂੰਗਾ। ਚੰਗੇ ਭਲੇ ਆਦਮੀ ਕਿਸ ਬਗੈਰਤ ਦੀ ਗੱਲ ਮੰਨ ਲਈ?
हां जी मैं बगैर ते तू ते राय मेन खजूरा बेच देना बह जाओ हां बिस्ती करा के ते मोसेस बन के बह गए ने मां पे दी गल्ली नहीं मनी साडी मनी जा रहे जे लेकिन चाचा जी हां जी जो भी ये बच्ची ताडी जवान हो गई ता ब्याह करो तुसी क्यों नहीं करदे पुत्र जवान असी कीती आपे ही हो गई लेकिन मुझे लगता कि ये उर्दू बोल रही है आप पंजाबी बोल रही है क्या आपका मसल कॉम्बिनेशन हां क्या बना एक कराची हुंदी सी मैं उथे सब्जी बेचदा हुंदा था अच्छा जी एक दिन मैं सब्जी दे नाल धनिया बहुता दित्ता मेरे नाल फस गई मैं धनिया ते फस जांदी चाची जी तुसी है कमाल मैं नहीं तुहानू बोलदा क्यों तुसी अज फिर शमीज नहीं पाई बकवास करन आ औरत लंबी हुंदी लंबी हेलो चाचा तेरी बीवी खर्चा लैन आई दूसरी सेकंड सेकंड में से बिल्ली नु तो कंट्रोल करो बिल्ली फड़ो लेकिन उसी टेंशन आप दे ना आप मुझे बहुत अच्छे लगे जी जी आप मेरे शौहर को बस सुनाएं समझाएं कि वो मुझसे लव किया करे आपसे मोहब्बत नहीं करते ये से नहीं करते 20 साल शादी को हो गए चाची ये तुसी आए जरा ऊपर करो ना ताकि सानू ना अंदर करवा देना ਤੁਹਾਨੂੰ ਨਹੀਂ ਨਾ ਪਤਾ ਇਹਨਾਂ ਲਵਾਜ ਮਾਤ ਦੀ ਕੀ ਸਜ਼ਾ ਹੈ ਅਗਲੇ ਇੰਜ ਕਰਕੇ ਪਿਆਰ ਨਾਲ ਕਹਿੰਦੇ ਨੀਚੇ ਲੇਟ ਜਾਏ ਫਿਰ ਇੱਕ ਬੰਦੇ ਨੂੰ ਕਹਿੰਦੇ ਨੇ ਉੱਪਰ ਲੇਟ ਜਾਏ ਹਾਂਜੀ ਔਰ ਇਹ ਚੀਜ਼ਾਂ ਇੱਥੇ ਨਾ ਐਵੇਂ ਤੁਸੀਂ ਸ਼ੋ ਕਰਾਓ ਹਾਂ ਕਹਿੰਦੇ 20 ਸਾਲ ਹੋ ਗਏ ਪਿਆਰ ਨਹੀਂ ਕੀਤਾ ਪਿਆਰ ਨਹੀਂ ਕੀਤਾ ਆਹੋ ਚਾਚਾ ਤੁਹਾਨੂੰ ਪਿਆਰ ਕਰਨਾ ਚਾਹੀਦਾ ਨਾ ਨਹੀਂ ਤੇ ਆਹ ਸੋਫੇ 'ਚ ਹੋਈ ਇਹ ਤਾਂ ਚਾਚਾ ਤੁਹਾਡੀ ਲੱਗਦੀ ਹੀ ਨਹੀਂਗੀ ਅੱਛਾ ਜੀ ਹਾਂਜੀ ਹਾਂਜੀ ਲੇਕਿਨ ਪਿਆਰ ਦਾ ਤਰੀਕਾ ਤਾਂ ਚਾਹਤਾ ਆਪ ਮੈਨੂੰ ਬਤਾਏ ਲਵ ਦਾ ਤਰੀਕਾ ਘੁਮਾਓ ਹਾਏ 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 ਕਿਆ ਮਜ਼ਾ ਆ ਰਿਹਾ ਮਨਾ ਮਜ਼ਾ ਆ ਰਿਹਾ ਸ਼ਰਮ ਨਹੀਂ ਆ ਰਹੀ ਹੈ ਜਵਾਨ ਧੀ ਖਲੋਤੀ ਹੈ ਲੇਕਿਨ ਤੁਸੀਂ ਟੈਨਸ਼ਨ ਨਾ ਲਵੋ ਵਿਆਹ ਕਰਨਾ ਚਾਹੀਦਾ ਤੁਹਾਡੀ ਬੱਚੀ ਨੂੰ ਮੈਂ ਸਮਝਾਣਾ ਇਹਦਾ ਵੀ ਵਿਆਹ ਕਰਾਓ ਇਹ ਵਿਆਹ ਕਿਉਂ ਨਹੀਂ ਕਰਦੀ ਇਹ ਪਤਾ ਨਹੀਂ ਕੁਛ ਨਹੀਂ ਮੁੰਡੇ ਨਹੀਂ ਲੱਭਣ ਦਿਆ ਅੱਬਾ ਜੀ ਮੈਂ ਇਹ ਨਹੀਂ ਕਰਨਾ ਵਿਆਹ ਕਿਉਂ ਨਹੀਂ ਕਰਨਾ ਤੂੰ ਵਿਆਹ ਨਹੀਂ ਕਰਨਾ ਤੇਰੇ ਪਿਓ ਦੀ ਇੱਜ਼ਤ ਹੈ ਕਰਨਾ ਪਏਗਾ ਤੈਨੂੰ ਵਿਆਹ ਆਪਣੇ ਭਰਾ ਦੀ ਗੱਲ ਮੰਨ ਲਈ ਕਰ ਆਪਣੇ ਭਰਾ ਦੀ ਗੱਲ ਕਿੱਥੇ ਆ ਕਿੱਥੇ ਗਿਆ ਭਰਾ ਇਹਦਾ ਆ ਇਹਨੂੰ ਮੁੰਡਿਆ ਸਮਝਾ ਮੈਂ ਕਰਨਾ ਕਿ ਨਹੀਂ ਕਰਨਾ ਮੈਂ ਉਹਨਾਂ ਦੇ ਚਾਹ ਪੀ ਕੇ ਆਉਣਾ ਚੱਲ ਇਹ ਨਹੀਂ ਕਰਨਾ ਤੂੰ ਕਿ ਕਿਸੇ ਕੰਜਰ ਦੀ ਇਹ ਧੀਏ ਤੂੰ ਕਰਨਾ ਕਿ ਨਹੀਂ ਤੈਨੂੰ ਮੈਂ ਦੱਸਾਂ ਉਸ ਪਿਓ ਦੀ ਇੱਜ਼ਤ ਨਹੀਂ ਰੱਖਦੀ ਜਿਹਨੇ 9 ਮਹੀਨੇ ਤੈਨੂੰ ਢਿੱਡ 'ਚ ਰੱਖਿਆ ਉਹਨੇ ਰੱਖਿਆ ਤੇਰੀ ਮਾਂ ਨੇ ਮੈਂ ਨਹੀਂ ਰੱਖਿਆ ਜਿਹਨੇ ਵੀ ਰੱਖਿਆ ਤੁਹਾਡੇ ਦੋਵਾਂ 'ਚ ਕਿਸੇ ਨੇ ਰੱਖਿਆ ਨਾ ਬੱਚਾ ਹੈ ਇਸ ਪਿਓ ਨੇ ਤੇਰੀ ਤੈਨੂੰ ਪਾਲਣ ਦੀ ਖਾਤਰ ਕੀ ਨਹੀਂ ਕੀਤਾ ਖੁਸਰਾ ਬਣ ਕੇ ਚੌਧਰੀਆਂ ਦੀਆਂ ਝੋਲੀਆਂ 'ਚ ਘੁੰਮਦਾ ਰਿਹਾ ਇਹ ਪਿਓ ਇਹ ਪਿਓ ਚੱਲ ਕੇ ਮੈਂ ਵਿਆਹ ਕਰਨਾ ਨਹੀਂ ਕਰਨਾ ਨਹੀਂ ਕਰਨਾ ਤੇ ਅੱਲਾ ਤੇਰਾ ਬੇੜਾ ਕਰ ਹੋਣਾ ਜਾ ਜਾ ਤੇਰੀ ਮਾਂ ਨੂੰ ਬਵਾ ਸੀਰ ਹੋਣੀ ਹੈ ਜਾ ਮੇਰਾ ਵੀ ਦਿਲ ਚੜਾਉਣਿਆ ਕਰ ਗਿਆ ਪਿਆ ਪੁੱਤਰਾ ਤੁਸੀਂ ਇਸਰਾ ਕਰੋ ਤੁਸੀਂ ਚੱਲੋ ਮੈਨੂੰ ਸਮਝਾਣਾ ਤੇ ਮੈਂ ਤਾਂ ਕਹਿੰਦਿਆ ਨਹੀਂ ਚਾਹ ਪੀ ਕੇ ਉਹਨੇ ਬੜੇ ਅੱਛੇ ਇਨਸਾਨ ਨੇ ਮੇਰਾ ਪੁੱਤ ਆਪਣੇ ਪਿਓ ਦੀ ਇੱਜ਼ਤ ਕਰਿਆ ਕਰ ਬਿਲਕੁਲ ਇਹਨੂੰ ਸਮਝਾ ਗਿਨਸ ਬੁੱਕ ਦੇ ਵਿੱਚ ਇਹਨਾਂ ਦਾ ਨਾਂ ਹੀ ਹੈ ਰਿਕਾਰਡ ਯਾਫਤਾ ਉਹ ਕਿਵੇਂ ਲਾਹੌਰ ਕੱਢਣ ਦੀ ਚੁੰਮੀ ਲਈ ਸੀ ਗੁਜਰਾਣੇ ਦਾ ਟੱਕਾ ਖੁੱਲਿਆ ਸੀ ਆ ਜਾ ਆਓ ਆਪ ਚਲੇ ਮੈਂ ਇਸਕੋ ਸਮਝਾਤਾ ਠੀਕ ਹੈ ਸਮਝਾਓ ਇਸੇ ਜਾ ਜਾ ਤੇ ਤੂੰ ਆਪਣੇ ਮਾਪਿਆਂ ਨੂੰ ਦੱਸਿਆ ਕਿਉਂ ਨਹੀਂ ਕਿ ਅਸੀਂ ਦੋਵੇਂ ਇੱਕ ਦੂਜੇ ਨਾਲ ਪਿਆਰ ਕਰਨੇ ਪਾਗਲਾ ਅੱਬੂ ਕਹਿੰਦੇ ਨੇ ਕਿ ਜਿਹਦੇ ਕੋਲ ਵੱਡੀ ਗੱਡੀ ਹੋਣੀ ਹੈ ਨਾ ਉਹਦੇ ਨਾਲ ਤੇਰਾ ਵਿਆਹ ਕਰਨਾ ਵੱਡੀ ਗੱਡੀ ਲੇਕਿਨ ਛੱਡ ਤੇ ਨਾ ਗੱਲਾਂ ਨੂੰ ਤੂੰ ਮੇਰੀ ਜ਼ਿੰਦਗੀ ਹੈ ਤੂੰ ਮੇਰੀ ਮੁਹੱਬਤ ਹੈ ਮੈਂ ਤੇਰੇ ਨਾਲ ਵਿਆਹ ਕਰਨਾ ਲੇਕਿਨ ਅਸੀਂ ਇੱਕ ਤਰੀਕਾ ਸੋਚਨੇ ਕਿ ਤੇਰੇ ਮਾਪਿਆਂ ਨੂੰ ਪਤਾ ਵੀ ਨਾ ਲੱਗੇ ਮੈਂ ਇੱਕ ਦਿਨ ਆਣਾ ਸਾਰਾ ਸਾਜ ਸਮਾਨ ਲੈ ਕੇ ਤੇ ਉਹਨੂੰ ਤੈਨੂੰ ਦਿਖਾ ਕੇ ਲੈ ਜਾਣਾ ਬਸ ਜਾਣਾ ਇੰਜ ਹੀ ਸਾਡਾ ਵਿਆਹ ਹੋਣਾ ਹੀ ਉਹ ਇਹਨਾਂ ਤੈਨੂੰ ਕਿਸੇ ਨੇ ਦੇਣੀ ਨਾ ਮੈਨੂੰ ਕਿਸੇ ਨੇ ਕੋਈ ਮਸਲਾ ਨਹੀਂ ਹੋਣਾ ਸਾਰਾ ਅੱਬੇ ਨੇ ਨਹੀਂ ਛੱਡਣਾ ਉਹ ਅੱਬੇ ਦੀ ਐਸੀ ਦੀ ਤੈਸੀ ਚੱਲ ਤੂੰ ਕਹਿੰਦੀ ਮੈਂ ਨੱਸਣਾ ਮੇਰੀ ਧੀ ਨੂੰ ਨਿਸ਼ਾਨ ਲੱਗਾ ਸਾ ਹਾਂਜੀ ਭਾਜੀ ਓ ਕੁੱਤੇ ਦੇ ਪੁੱਤਰਾ ਮੈਂ ਤੈਨੂੰ ਗੋਲੀ ਮਾਰ ਦਿਆਂਗਾ ਅਬ ਬਗਵਾਸ ਨਾ ਕਰਿਆ ਕਰ ਜਾਜਾ ਗੋਲੀ ਮਾਰ ਦਾਂਗਾ ਮੈਂ ਤੇ ਨਾਲ ਮੁਹੱਬਤ ਕਰਨਾ ਚਾਚਾ ਇਹ ਮੇਰੀ ਜ਼ਿੰਦਗੀ ਇਸ ਤੋਂ ਬਗੈਰ ਮੈਂ ਨਹੀਂ ਰਹਿ ਸਕਦਾ ਓਏ ਮੈਂ ਤੇਰੀ ਮੁਹੱਬਤ ਵੜ ਦਿਆਂਗਾ ਅੰਦਰ ਚੱਲ ਅੱਬਾ ਜੀ ਮੈਂ ਕੁਝ ਨਹੀਂ ਕੀਤਾ ਨਹੀਂ ਅੰਦਰ ਚੱਲ ਆ ਜੀਓ ਗੈਰਤਮੰਦਾ ਤੂੰ ਗੈਰਤਮੰਦ ਲੱਗਾ ਚਾਚਾ ਨਾ ਕੋਈ ਚਾਕੂ ਨਾ ਕੋਈ ਖੰਜਰ ਚਾਚਾ ਕੰਜਰ ਚਾ ਨਿਛਾਵਾਂਗਾ ਮੈਂ ਤੂੰ ਪੁੱਤਰ ਇਸ ਘਰ ਦੇ ਵਿੱਚ ਇੱਥੇ ਕਿਸੇ ਦੀ ਜ਼ਰੂਰਤ ਹੈ ਲੱਤਾਂ ਫੜਦਾ ਸਾਨਾਂ ਦੀਆਂ ਮੈਂ ਇੱਧਰ ਇੱਧਰ ਤਾਂ ਸੱਤਾ ਓਏ ਤੇਰਾ ਖਾਨ ਜਵਾਨ ਹੋ ਗਿਆ
अपने मजे ले जा रहे मेरी शादी नहीं कर रहा मैं शर्मिंदा होना अपने दोस्तों क्यों मेरा पुत्र मेरे सारे दोस्तों ने प्यो मार गए तू हाले उंज ही फिर रहा है अल्लाह माफ करे दूर मेरा भी दिल करता लोकी मेनू जफियां पा के कहन अल्लाह दा हुक्म मैं कहां मन्नी बैठे है साडे घर भी कटिया फ्रूट चलना चाहिए अब्बा जी ओए ननायक औलाद ना मजा ना स्वाद ओए ओ प्यो नु मारन दे जीने जी लख लन तेरे ते अते तू जे मेनू रोज काम ते भेज देना ते मेरे लो तू मार ही गया है ना मेरा खोता कि खोता वेचन आला नहीं सी बड़ा मुकद्दर आला खोता सी पुत्र बन जाएगा ना दूसरा तेरा काम ते भेजी पैसे कमा ली अम्मी तेरा जेहन ही गंदा है तेरा खावन जो गंदा तां कर गया मेरा बेटा सोना खोता इंसान किवें बनेगा मेरा ब्याह करा दे छड़ दे खोता ते बन ही जाना इंसान यकीन कर तुसी किदे नाल करा दियां हैं मेरी दादी नाल करा दे ओए तू मेरी मां नाल नहीं कीता है अपनी मां बचाई जांदा मेरी मां ते छोड़े लाई जांदा है पुत्र आया कोई रोटी पानी नहीं पुछ रहा अब्बा जी तार रात नूं जो चैनल वेखदे हो तो मेरा भी दिल करदा मैं भी HBO लावां इस घर दे विच कोई हरकत नहीं होएगी यार काहदी इस मुल्क दी सख्तियां लगी जान दी है मुल्क ठीक ही तां होएगा सख्तियां लगनगियां मुर्गियां पैदा करो अंडे देणगियां बिजनेस वधेगा डॉलर आउणगे भी कुकड़ी दा कितू डॉलर आउणा मेरे दा कुकड़ी दा मजबूरी ना पता नहीं अंडा किवें आ जांदा है जिन्नी ठंड अजकल ते कुकड़ियां ओह भी कुट्टी फिरदियां ने अजकल ਉਹ ਵੀ ਐਡੀ ਠੰਡ ਦੀ ਤਕਲੀਫ ਨਹੀਂ ਬਰਦਾਸ਼ਤ ਕਰ ਰਹੀ ਹੈ ਚਲੋ ਕੋਈ ਗੱਲ ਨਹੀਂ ਸਾਡੀ ਮਿਸ਼ਤ ਉੱਤੇ ਆਣੀ ਚਾਹੀਦੀ ਪਾਵੇਂ ਅੰਡੇ ਨਾਲ ਆਵੇ ਪੁੱਤਰ ਕੋਈ ਗੱਲ ਨਹੀਂ ਅੱਬਾ ਜੀ ਹੋਣਾ ਹੋ ਜਾਏਗਾ ਸਭ ਕੁਝ ਠੀਕ ਹੋ ਜਾਏਗਾ ਅੱਲਾ ਦੀ ਰਹਿਮਤ ਹੋ ਜਾਏਗੀ ਚਲਾਨ ਚਲੂਨ ਹੋ ਰਹੇ ਨੇ ਉਤੋਂ ਖਾਸ ਸਾਹਿਬ ਕਹਿੰਦੇ ਕੱਟੇ ਵੀ ਖਰੀਦੋ ਮਲੇਸ਼ੀਆ ਭੇਜਾਂਗੇ ਤੇਰੀ ਕਦਰ ਹੋਊਗੀ ਸਭ ਤੋਂ ਵੱਡਾ ਕੱਟਾ ਹੀ ਤੂੰ ਹੈ ਅੱਬਾ ਜੀ ਉਹ ਕੱਟਾ ਪਹਿਲੇ ਪਤਾ ਇਹ ਵੀ ਮੁੰਡਾ ਦੀ ਵਾਲੀ ਗੱਲ ਹੁੰਦੀ ਹੈ ਅੱਛਾ ਹਾਂਜੀ ਕੁੜੀ ਆਪਾਂ ਫੌਰਨ ਨਹੀਂ ਕਹਿੰਦੇ ਕਿ ਇਹ ਕੀ ਜੰਮ ਪਿਆ ਤੇ ਮੁੰਡਾ ਕਹਿੰਦੇ ਅੱਛਾ ਹੋ ਗਿਆ ਇਹ ਮੁੰਡਾ ਕੱਟਾ ਹੀ ਹੁੰਦਾ ਸਮਝ ਲੈ ਨਹੀਂ ਕੱਟੇ ਦੀ ਪੈਦਾਵਾਰ ਕਿਵੇਂ ਵਧੇਗੀ ਉਹ ਬਸ ਕੱਟੇ ਦੀ ਪੈਦਾਵਾਰ ਤਾਂ ਕਿਸੇ ਗਲਤ ਕੰਮ ਨਾਲ ਹੀ ਵਧੇਗੀ ਉਸ ਤਰ੍ਹਾਂ ਤਾਂ ਨਹੀਂ ਵਧ ਸਕਦੀ ਕੱਟੇ ਚੋਂ ਕੱਟਾ ਤੇ ਨਹੀਂ ਨਾ ਯਾਰ ਹੋ ਸਕਦਾ ਰੋਟੀ ਜੀ ਮੈਂ ਤੈਨੂੰ ਮਾਮਾ ਕਹਿ ਦੇਣਾ ਯਕੀਨ ਲਾਲ ਤੇਰੇ ਤੇ ਲੈ ਜਾ ਕਹਿ ਦੇ ਕਹਿ
ਭਗਤ ਸ਼ੱਕ ਹੈ। ਤੈਨੂੰ ਮਾਰਨ ਤੁਰ ਰਹੀ ਹੈ ਅੰਮੀ, ਤੈਨੂੰ ਸਮਝ ਨਹੀਂ ਆ ਰਹੀ। ਤੈਨੂੰ ਤਫਾ ਕਰ ਨਲਾਇਕ ਬੱਚੇ ਨੂੰ, ਸੋਨੇ ਪੁੱਤਰ ਨੇ ਮੇਰੇ ਸਾਰੇ ਬਦਲੇ ਲਾ ਦਿੱਤੇ। ਮੈਂ ਕਹਿੰਦਾ ਖੋਤਾ ਬਣ ਜਾਣਾ ਬੰਦਾ, ਮਸ਼ਹੂਰ ਹੋ ਜਾਵਾਂਗੇ, ਪੈਸੇ ਆ ਜਾਣਗੇ, ਪੈਸੇ ਮਜ਼ਾ ਆ ਜਾਏਗਾ ਬੱਚੇ। ਮੈਂ ਥੋੜੀ ਚੁੱਕਣੀ ਸੀ, ਬਹੁਤੀ ਚੁੱਕੀ ਗਈ ਯਾਰ। ਹੁਣ ਸਾਰੇ ਜਹਾਨ ਨੂੰ ਪਤਾ ਲੱਗ ਗਿਆ ਵੀ ਮੇਰੀ ਅੰਦਰ ਦੀ ਬੱਤੀ ਗਈ ਹੈ, ਅਨੇਰ ਗੁੱਪ ਘੇਰ ਹੋਏ ਨੇ। ਹੁਣ ਤੂੰ ਧੋਤੀ ਪਾਏਗਾ ਆਪਾਂ, ਤੇ ਮੈਂ ਸਿਰਫ ਚੁੱਕਣੀ ਨਹੀਂ, ਮੈਂ ਧੋਤੀ ਦੇ ਨਾਲ ਲੱਤਾਂ ਵੀ ਚੁੱਕ ਲੈਣੀਆਂ ਨੇ, ਯਾਦ ਰੱਖ। ਉਹ ਪੁੱਤਰ ਮੈਂ ਵੈਸੇ ਚੈੱਕ ਕੀਤਾ ਸੀ, ਮੇਰਾ ਕੱਲ ਦਾ ਕੱਛਾ ਨਹੀਂ ਲੱਭਣ ਡਿਆ, ਮੈਂ ਕਿਹਾ ਰੇ ਤੂੰ ਪਾਇਆ ਕੱਚਾ, ਤੂੰ ਤਾਂ ਪਾਉਂਦਾ ਹੀ ਨਹੀਂ। ਯੇ ਮੇਰੇ ਬੇਟੇ ਸੇ ਸੜਦਾ ਹੈ ਤਬ ਐਸੀ ਬਾਤੇ ਕਰਦਾ, ਬੇਟਾ ਟੂ ਤੂ ਠੀਕ ਕਰਦਾ, ਵਾ ਵਾ ਕਰਦਾ ਹੈ, ਇਸਕੇ ਸਾਥ ਸਹੀ ਬਦਲੇ ਉਤਾਰਤਾ ਹੈ। ਯੇ ਕਿਤਨੀ ਬੈੜੀ ਬਾਤ ਹੈ, ਯੇ ਮੇਰੀ ਦੋਤੀ ਇਸਕੋ ਚੂਕ ਰਹਾ ਹੈ, ਕਿਤਨੀ ਬੈੜੀ ਬਾਤ ਹੈ। ਯੇ ਸੜ ਰਹਾ ਹੈ ਤੁਮਾਰੇ ਸੇ, ਸੜ ਰਹਾ ਹੈ। ਪਤਾ ਨਹੀਂ ਦੋਤੀ ਕੋ ਚੂਕ ਚੂਕ ਕੇ ਕੀ ਵੇਖਣਾ ਚਾਹੁੰਦਾ ਜਿਹੜਾ ਇਹਦੇ ਕੋਲ ਨਹੀਂ ਹੈ। ਬੇਟਾ ਇਹ ਮੁੰਡੇ ਨੇ ਪਤਾ ਨਹੀਂ ਇਟਾਲੀਅਨ ਲੈਂਗੁਏਜ ਕੋਰਸ ਕੀਤਾ, ਕਿਹੜੀ ਜ਼ੁਬਾਨ ਬੋਲਦਾ। ਅੰਮੀ ਵੀ ਤਾਂ ਉਰਦੂ ਬੋਲਦੀ ਹੈ ਨਾ। ਹਾਂ ਮੇਰਾ ਸੋਹਣਾ ਪੁੱਤਰ, ਮੇਰਾ ਸੋਹਣਾ ਪੁੱਤਰ। ਸੋਹਣਾ ਕਿਹੜਾ ਸੋਹਣਾ, ਇਹਦੇ ਇੱਚੂ ਐ ਸੋਹਣਾ ਹੋਇਆ ਮੇਰੇ ਦਾਸ। ਇਹ ਮਾਂ ਦੀ ਅੱਖਾਂ ਨਾਲ ਵੇਖ ਵੇ, ਸੋਹਣਾ ਹੈ ਮੇਰਾ ਪੁੱਤਰ। ਹੁਣ ਹਰ ਬੰਦੇ ਨੂੰ ਪਹਿਲੇ ਮਾਂ ਦੀਆਂ ਅੱਖਾਂ ਨੂੰ ਆਵਾਂ ਵੀ ਮੈਨੂੰ ਵੇਖੋ ਹੈ, ਅਗਰ ਲਾਲਚ ਪਾਉਂਦੇ ਨੇ। ਮਾਸ਼ਾਅੱਲਾ ਓਏ ਯਾਮੇ ਦੇ ਹੈਂਡਲ ਵਰਗੀਆਂ ਮੁੱਛਾਂ ਆਏ ਹੋਏ, ਓ ਮਾਸ਼ਾਅੱਲਾ, ਕਿਆ ਬਾਤ, ਕਿਆ ਬਾਤ ਹੈ। ਇਹ ਮੇਰਾ ਕਹਿੰਦਾ ਬਦਾਮੀ ਬਾਗ ਦੇ ਕੇਸੀ ਤੇ ਫੋਟੋ ਲੱਗੀ ਹੁੰਦੀ ਹੈ। ਹਲੋ ਸਰ, ਇੱਕ ਮਿੰਟ ਪਲੀਜ਼। ਆ ਮਾਸ਼ਾਅੱਲਾ ਮਾਸ਼ਾਅੱਲਾ, ਕਿੱਧਰ ਜਾ ਰਹੇ ਹੋ ਤੁਸੀਂ, ਕਿੱਧਰ ਜਾ ਰਹੇ ਹੋ? ਲੈਟਰੀਨ ਨਾਲ ਤਾਂ ਤਾਲਾ ਲੱਗੇ ਨੇ, ਆ ਜਾਓ ਆ ਜਾਓ ਬਾਈ ਜੀ, ਬੰਦ ਜੇ ਫਿਲਹਾਲ ਸਫਾਈ ਹੋ ਰਹੀ ਜੀ, ਆ ਜਾਓ। ਦੋ ਮਿੰਟ ਹੋਰ ਬੈਠੋ, ਬਸ ਇੱਕ ਗਾਣਾ ਵੇਖ ਲੈਣਾ। ਬੈਠ ਬੈਠ ਬੜੀ ਮਿਹਰਬਾਨੀ, ਸ਼ੁਕਰੀਆ, ਤਸ਼ਰੀਫ ਰੱਖੋ। ਪਿਸ਼ਤੀ ਗਰਾਉਂਡ ਨੂੰ ਤੁਹਾਡਾ ਵੀ ਬੜਾ ਦਿਲ ਕਰਦਾ। ਇਸੇ ਵਿੱਚ ਕਿਉਂ ਨਾ ਹੁਣ ਚਲੇ ਜਾਓ, ਜਾਓ ਚੱਲ ਚੱਲ। ਜਾਨੇ
ਆਪਣੀਆਂ ਮੁੱਛਾਂ ਵੇਖੋ ਤੇ ਬੱਚੀ ਵੇਖੋ। ਆ ਹੁਣ ਮੇਰਾ ਭਰਾ ਮੇਰਾ ਮੁੰਡੇ ਦਾ ਮਾਮਾ ਆ ਜਾਵੇ ਤੇ ਕਿਤੇ ਸਕੂਨ ਹੋ ਜਾ ਜਾਣ ਨੂੰ। ਮੁੰਡਾ ਜੀ ਅੱਲਾ ਮੇਰਾ ਜਾਣਦਾ ਮੈਨੂੰ ਘਰ ਇਹੋ ਹੀ ਲੱਗਣ ਡਿਆ। ਡਾਂਗ ਲਈ ਫਿਰਨ ਡਿਆ। ਤੂੰ ਲੈਣੀ ਹੈ? ਕਦੀ ਲੈਂਦੇ ਹੁੰਦੇ? ਟਾਈਮ ਟਾਈਮ ਦੀ ਗੱਲ ਹੈ। ਘਰ ਬਾਰ ਠੀਕ ਆ? ਆ ਤੇਰੇ ਸਾਹਮਣੇ ਅੱਲਾ ਦਾ ਕਰਮ, ਔਲਾਦ ਜਵਾਨ ਹੋ ਗਈ ਕਰਮ ਦੀ ਨਾ। ਅੱਲਾ ਦਾ ਸ਼ੁਕਰ ਆ, ਦੇਖ ਅੱਲਾ ਨੇ ਕੀ ਰੌਣਕਾਂ ਲਾਤੀਆਂ। ਖੋਤਾ ਰੇੜੀ ਵਾਹ ਵਾਹ ਆਪਣਾ ਬੇੜਾ ਗਰਕ ਕਰ ਲਿਆ। ਤੇ ਖੋਤਾ ਰੇੜੀ ਵਾਹਣਾ ਮਿਹਨਤ ਕਰਨਾ ਕੋਈ ਮੈਂ ਮੰਗਦਾ ਤੇ ਨਹੀਂ। ਤੂੰ ਮੰਗਦਾ ਨਹੀਂ, ਲੋਕੀ ਤੈਨੂੰ ਦੇ ਜਾਂਦੇ ਆ। ਸਾਨੂੰ ਵੇਖ ਆਪਣਾ ਕਾਰੋਬਾਰ ਕੀਤਾ, ਬੱਚਿਆਂ ਨੂੰ ਪੜ੍ਹਾਇਆ ਲਿਖਾਇਆ। ਵਾਹ, ਵੱਡੇ ਅਹੁਦਿਆਂ ਤੇ ਆਪਣੇ ਸਾਰੇ ਬੱਚੇ ਆ। ਕਿਹੜੇ ਅਹੁਦੇ ਤੇ ਤੇਰੇ ਬੱਚੇ ਬਈ? ਆ ਮੇਰਾ ਪੁੱਤਰ ਜਿਹੜਾ ਨਾ ਸਭ ਤੋਂ ਵੱਡਾ, ਉਹ ਮਾਸ਼ਾਅੱਲਾ ਇਲਾਰੀ ਐਡਾ ਨਹੀਂ। ਆਹੋ, ਉਹਦੇ ਸਾਹਮਣੇ ਜਿਹੜਾ ਇਸ਼ਾਰਾ, ਆਹੋ ਉਹਦੇ ਸਾਹਮਣੇ ਮੰਗਦਾ। ਚੱਲ ਕੋਈ ਗੱਲ ਨਹੀਂ, ਇੱਥੇ ਵਜ਼ੀਰਿਆਂ ਦਾ ਮੰਗਣ ਡਿਆ, ਉਹ ਮੰਗੀ ਆ ਜਾਂਦਾ। ਅੱਛਾ, ਉਹ ਧੀ ਤੇਰੀ ਨਾਲ ਵਿਆਹ ਕਰਨਾ ਮੇਰੇ ਪੁੱਤਰ ਨੇ ਮੰਗਣੀ ਕੀਤੀ ਸੀ ਬਚਪਨ ਵਿੱਚ। ਇਹੋ ਗੱਲ ਤਾਂ ਮੈਂ ਕਰਨ ਆਇਆ। ਬੱਚੇ ਹੋ ਗਏ ਆ ਜਵਾਨ, ਹੁਣ ਉਹਨਾਂ ਦੀ ਆਪਣੀ ਮਰਜ਼ੀ ਆ, ਜਿੱਥੇ ਉਹਨਾਂ ਕਰਨਾ ਉੱਥੇ ਕਰਨਾ ਪੈਣਾ। ਤੇ ਧੀ ਕਿੱਥੇ ਤੇਰੀ? ਧੀ ਮੇਰੀ ਬਾਹਰ ਆ। ਓਏ ਉਹਨੂੰ ਬੁਲਾ, ਸਾਡਾ ਮੱਲਾ ਠੀਕ ਨਹੀਂ। ਤੇ ਉਹ ਕਿਹੜੀ ਠੀਕ ਹੈ? ਹੈ ਨਾ, ਇਹ ਸਭ ਤੋਂ ਵੱਡਾ ਪੁੱਤਰ ਮੇਰਾ ਇੱਥੇ ਬੈਠਾ ਆਪਣਾ ਬੇਟਾ। ਅੱਲਾ ਉੱਤੇ ਡੋਰੀਆਂ ਮੈਂ ਤੇ ਸੁੱਤੀਆਂ ਵੇ ਮਾਇਆ, ਅੱਲਾ ਉੱਤੇ ਡੋਰੀਆਂ ਮੈਂ ਤੇ ਸੁੱਤੀਆਂ ਵੇ ਮਾਇਆ, ਹੋ ਗਈਆਂ ਸਿੱਧੀਆਂ। ਸ਼ਹਿਜ਼ਾਦੀ ਇੱਧਰ ਆ, ਇੱਧਰ ਪਹਿਲਾਂ ਸਲਾਮ ਕਰ, ਐਨੀ ਕਰਕੇ ਸਲਾਮ ਕਰ। ਸਲਾਮ, ਅਸਲਾਮ ਅਲੈਕੁਮ। ਸ਼ੁਕਰ ਕਰੋ ਅੱਲਾ ਦਾ, ਸਾਡੀਆਂ ਬੱਚੀਆਂ ਸ਼ਰੀਫ ਲੋਕਾਂ ਸਾਹਮਣੇ ਨੱਚਣਗੀਆਂ। ਸ਼ਰਮ ਨਹੀਂ ਆਉਂਦੀ ਤੈਨੂੰ? ਹੈ ਧੀ ਮੇਰੀ ਨੂੰ ਉੱਥੇ ਲੈ ਗਿਆ। ਹਾਂ, ਮੈਨੂੰ ਦੱਸਿਆ ਨਹੀਂ ਇੱਧਰ ਕੋਈ ਮਜ਼ਾਰ ਵੀ ਹੈ? ਬਾਬਾ ਮੁੱਛਾਂ ਸਾਈਂ ਅੱਲਾ ਹੋਵੇ। ਕੀ ਬਾਤ ਹੈ ਅੱਬਾ ਜੀ, ਆ ਇੱਕ ਮਿੰਟ ਇਧਰ ਆਓ ਨਾ। ਕੀ ਹੈ? ਇੱਕ ਗੱਲ ਤੇ ਮੈਨੂੰ ਸਮਝ ਨਹੀਂ ਆਈ। ਕੀ? ਤੁਸੀਂ ਏਡੇ ਚਿੱਟੇ, ਮੇਰਾ ਚਾਚਾ ਏਡਾ ਕਾਲਾ। ਮੇਰੇ ਬਸ ਤੇਰਾ ਜਿਹੜਾ ਦਾਦਾ ਸੀ ਨਾ, ਹਾਂ, ਉਹਨੇ ਇੱਕ ਸ਼੍ਰੀਲੰਕਾ ਵੀ ਖੱਚ ਮਾਰੀ ਸੀ। ਇਹ ਮੇਰੀ ਉਸੇ ਮਾਂ ਦਾ ਪੁੱਤਰ ਹੈ। ਓਏ ਅੱਛਾ ਗੱਲ ਸੁਣ। ਹਾਂਜੀ। ਆਪਣੀ ਧੀ ਨੂੰ ਤਿਆਰ ਕੀਤੇ ਵਿਆਹ ਵਾਸਤੇ? ਹਾਂ, ਬਿਹਤਰੀਨ ਵਾਸਤੇ। ਓ ਭਲੀਏ ਇੱਧਰ ਆ ਬਾਹਰ। ਓ ਗੱਲ ਸੁਣ, ਹਾਂ, ਭਲੀ ਨੂੰ ਹਜੇ ਰਹਿਣ ਦੇ। ਕਿਉਂ? ਮੇਰਾ ਮੁੰਡਾ ਉਹਨੂੰ ਨਾ ਬੁਲਾਵਾ, ਹੀਰੇ ਵਰਗਾ ਮੁੰਡਾ ਜੰਮਿਆ ਮੈਂ। ਤੇਰਾ ਮੁੰਡਾ ਹੀਰੇ ਵਰਗਾ? ਹਾਂ। ਅੱਛਾ, ਇਹਨਾਂ ਨੂੰ ਦੱਸੋ ਮੇਰੀ ਸ਼ਾਦੀ ਇੱਥੇ ਨਹੀਂ ਹੋਣੀ। ਕੁੜੀ ਮੇਰੀ ਕਹਿੰਦੀ ਆ ਮੈਂ ਇੱਥੇ ਵਿਆਹ ਨਹੀਂ ਕਰਨਾ। ਵਜ੍ਹਾ ਕੁੜੀਏ, ਸਾਡੀ ਅੰਗੂਠੀ ਵਾਪਸ ਕਰੋ। ਓ ਖਲਾ ਜਾ, ਅੰਗੂਠੀ ਵਾਪਸ ਕਰੋ, ਕੀ ਮਸਲਾ? ਇੱਥੇ ਵਿਆਹ ਕਿਉਂ ਨਹੀਂ ਕਰਨਾ? ਮੈਂ ਕਿਸੇ ਅਮੀਰ ਘਰ ਦੇ ਵਿੱਚ ਵਿਆਹ ਕਰਨਾ ਹੈ। ਤੇ ਅਸੀਂ ਅਮੀਰ ਨਹੀਂ? ਨਹੀਂ, ਇਹ ਛੋਟਾ ਜਿਹਾ ਘਰ, ਟੁੱਟਾ ਫੁੱਟਾ ਜਿਹਾ, ਇੱਥੇ ਮੇਰੀ ਸ਼ਾਦੀ ਹੋਣੀ ਹੈ। ਤੁਹਾਨੂੰ ਸ਼ਰਮ ਨਹੀਂ ਆਈ ਸੀ? ਕੀ ਮਤਲਬ? ਮੇਰੀ ਮੰਗਣੀ ਇੱਥੇ ਕੀਤੀ ਸੀ ਤੁਸੀਂ? ਕੀ ਹੋ ਗਿਆ? ਮੇਰੇ ਰਿਸ਼ਤੇਦਾਰ ਆ, ਚੰਗਾ ਭਲਾ ਤੇ ਆ, ਕੁਝ ਪੈਦਾ ਹੁੰਦੇ ਆ ਤੰਦੂਰ 'ਚ ਜਾ ਪਿਆ ਸੀ। ਓ ਜਾ ਦਫਾ ਹੋ, ਮੇਰਾ ਹੀਰੇ ਵਰਗਾ ਮੁੰਡਾ ਤੂੰ ਵੇਖ ਤਾਂ ਸੀ, ਵਿਨੋਦ ਖੰਨਾ ਲੱਗਦਾ। ਤੇਰਾ ਮੁੰਡਾ? ਹਾਂ। ਤੇਰੇ 'ਚ ਵਿਨੋਦ ਖੰਨਾ ਹੋ ਤੇ ਨਹੀਂ ਸਕਦਾ, ਅੱਲਾ ਖੈਰ ਕਰੇ, ਇਹ ਹੋ ਸਕਦਾ। ਇਹ ਕੌਣ ਆ? ਇਹ ਚੌਰੀ ਨੀਫ ਦਾ ਕੁੱਕੜ। ਕਾਕਾ ਵਿਨੋਦ ਖੰਨੇ, ਉਹ ਮੇਰੇ ਹੀਰੇ ਵਰਗੇ ਪੁੱਤਰਾ, ਇੱਧਰ ਆ। ਆ ਪੁੱਤਰ ਆ ਗਿਆ ਮੇਰਾ। ਤੂੰ ਤਾਂ ਕਿਹਾ ਸੀ ਵਿਨੋਦ ਖੰਨਾ, ਇਹ ਤੇ ਵਿਨੋਦ ਅੰਨਾ ਜੰਮ ਬੈਠਾ। ਇਹ ਸਹੀ ਫਰੋਲ ਕੇ ਵੇਖੋਗੇ ਤੇ ਵਿਨੋਦ ਗੰਨਾ ਹੈ। ਬਲਕਿ ਮੈਂ ਤਾਂ ਕਹਿੰਦਾ ਵੇ ਲਈਆਂ ਇੱਕ ਇੱਕ ਪੋਰੀ ਚੂਪ ਕੇ ਵੇਖੋ। ਮੇਰਾ ਮਾਮਾ, ਮੇਰਾ ਭਾਂਜਾ। ਹਾਂ ਮਾਮਾ, ਹਾਂ ਮਾਮਾ, ਹਾਂ ਮਾਮਾ, ਹਾਂ ਮਾਮਾ, ਮਾਮਾ ਵੀ ਕੰਜਰੀ। ਹਾਂ ਮਾਮਾ, ਹਾਂ ਮਾਮਾ, ਹਾਂ ਮੇਰਾ ਮਾਮਾ। ਹਾਲਾ ਪੁੱਤਰਾ, ਸਦਕੇ ਜਾਵਾਂ ਤੇਰੀ ਬੱਚੀ ਬੱਚੀ ਖਾਵਣ ਦੇ।
ਤੇਰਾ ਹੀ ਮੁੰਡਾ ਹੈ ਨਾ? ਹਾਂ ਜੀ ਮੇਰਾ ਪੁੱਤਰ ਹੈ। ਅੱਲਾ ਖੈਰ ਕਰੇ, ਬੜਾ ਬੜਾ ਤੱਪਿਆ ਫਿਰਨ ਡਿਆ। ਓਏ ਪਾਗਲਾ, ਇਹੋ ਜਿਹਾ ਮੁੰਡਾ ਕਿਤੇ ਲੱਭਦਾ? ਇਹੋ ਜਿਹਾ ਨਹੀਂ ਲੱਭਦਾ, ਇਹ ਕੰਜਰ ਆ ਮੈਨੂੰ ਮਹੀਨੇ ਬਾਅਦ ਲੱਭਾ। ਸਾਡੇ ਕਿੱਥੇ ਗਿਆ ਮੁੰਡਾ? ਅੱਪਾ ਜੀ, ਮੇਰੇ ਤੋਂ ਜਦੋਂ ਅੰਮੀ ਦਾ ਵਿਆਹ ਆਇਆ ਮੈਂ ਮੰਜੀ ਦੇ ਥੱਲੇ ਹੀ ਸਾਂ। ਇਹਦੇ ਨਾਲ ਸ਼ਾਦੀ ਕਰਨ ਤੋਂ ਬਿਹਤਰ ਹੈ ਕਿ ਮੈਂ ਕਿਸੇ ਫਕੀਰ ਨਾਲ ਸ਼ਾਦੀ ਕਰ ਲਵਾਂ। ਚੱਲ ਤੇਰਾ ਵਿਆਹ। ਮੈਨੂੰ ਕੀ ਤੂੰ ਸਮਝ ਰਹੀ ਹੈ? ਮੈਂ IMF ਵਾਲਿਆਂ ਨੂੰ ਭੇਜਿਆ ਮੈਨੂੰ ਹੈ, ਮੈਂ ਵੀ ਫਕੀਰ ਟੈਪ ਹੀ ਆਈ ਸੀ। ਹੋ ਜਾ, ਸਹੀ ਗੱਲ ਆ। ਆਪਣੇ ਪੁੱਤਰੇ ਭੁੱਲ ਗਏ ਹੋ ਮਾਮਾ ਜੀ ਸਾਰਾ ਵੇਲਾ? ਤੁਸੀਂ ਜਦੋਂ ਵੀ ਯੰਗ ਸੋ ਤੁਸੀਂ ਵੀ ਬੁੱਢੇ ਹੋ ਗਏ, ਸਿਰ ਤੁਹਾਡਾ ਹੁਣ ਫਰਾਈ ਪਾਨ ਹੁੰਦਾ ਜਾ ਰਿਹਾ। ਕੋਈ ਗੱਲ ਨਹੀਂ ਪੁੱਤਰ, ਮਾਂ ਨੂੰ ਕਹੋ ਵੀ ਜਾਂਡਾ ਥੱਲ ਲਵੇ। ਲੋਕਾਂ ਦੇ ਸੌਦਿਆਂ ਨੂੰ ਛੇੜਨਾ ਕਿਤੋਂ ਦਾਲ ਚੁੱਕ ਲੈਣੀ, ਕਿਤੋਂ ਚੀਨੀ ਚੁੱਕ ਲੈਣੀ। ਇਹ ਤਾਂ ਬੜਾ ਬਗੈਰਾ ਸੀ, ਉਹ ਤੇ ਦੁਕਾਨਦਾਰ ਸਾਡੇ ਪਿਓ ਦੇ ਸੌਦੇ ਨੂੰ ਛੇੜਦਾ ਰਹਿੰਦਾ ਸੀ। ਉਹ ਵੇਲਾ ਬੜਾ ਅੱਛਾ ਸੀ ਜਦੋਂ ਤੁਸੀਂ ਮੈਨੂੰ ਘਰੋਂ ਲੈ ਕੇ ਜਾਂਦੇ ਹੁੰਦੇ ਸਾਂ, ਮੋਢਿਆਂ ਤੇ ਪਾਉਣਾ, ਮੈਂ ਪਾਣੀ ਜ਼ਿਆਦਾ ਪੀਤਾ ਹੁੰਦਾ ਸੀ। ਤੂੰ ਰੌਲਾ ਪਾ ਦੇਣਾ, ਬਾਰਿਸ਼ ਹੋ ਗਈ, ਬਾਰਿਸ਼ ਹੋ ਗਈ। ਉਹ ਫਿਰ ਤੈਨੂੰ ਪਤਾ ਲੱਗਣਾ ਵੀ ਇਹ ਇੱਕ ਜਗ੍ਹਾ ਦੁੱਧ ਕਦੀ ਵੀ ਨਹੀਂ ਹੋਈ। ਅੱਛਾ ਬੇਟਾ, ਮਾਸ਼ਾਅੱਲਾ ਹੁਣ ਕਿੰਨੀ ਉਮਰ ਹੋ ਗਈ ਹੈ ਆਪਣੀ? ਆਪਣੀ ਮਾਸ਼ਾਅੱਲਾ 35-36 ਸਾਲ ਹੋਏ। ਅੱਲਾ ਖੈਰ ਕਰੇ ਰਹਿਮਤ ਨਾਲ। ਤੇ ਅੱਜ ਤੱਕ ਤੂੰ ਨਾਤਾ ਕਿਉਂ ਨਹੀਂ ਪੁੱਛਿਆ? ਓ ਜਾ ਕੰਮ ਕਰ, ਨਾਤਾ ਨਹੀਂ ਕਦੀ। ਪਤਾ ਨਹੀਂ ਕਿਹੜੇ ਲੋਕ ਨੇ ਜਿਹੜੇ ਮਹੀਨਾ ਮਹੀਨਾ ਨਹੀਂ ਨਹਾਉਂਦੇ। ਮੈਨੂੰ ਤਾਂ 28 ਮਹੀਨੇ ਨਹੀਂ ਖਾਰਿਸ਼ ਸ਼ੁਰੂ ਹੋ ਜਾਂਦੀ ਹੈਗੀ। ਪੁੱਤਰ ਐਡੀ ਰਿਆਤ ਚੰਗੀ ਗੱਲ ਨਹੀਂ ਆਪਣਾ। ਓ ਕਾਕਾ ਕੀ ਹਾਲ ਹੈ? ਮੇਰਾ ਵੀਰ ਆਇਆ ਹੈ। ਹੋਰ ਤੂੰ ਠੀਕ ਆ? ਸੋ ਬਿਸਮਿਲ੍ਲਾ। ਅੱਲਾ ਖੈਰ ਕਰੇ। ਵੇਖ ਤੇਰੀ ਭੈਣ ਅੱਜ ਵੀ ਉੰਜੀ ਹੈ। ਚੰਗੀ ਪਲੀ ਭੈਣ ਦਿੱਤੀ ਸੀ ਅੱਬਾ ਜੀ, ਬੇੜਾ ਗਰਕ ਕਰਕੇ ਉਹਦੇ ਡੇਲੇ ਬਾਹਰ ਕੱਢ ਦਿੱਤੇ ਬੇਚਾਰੀ ਦੇ। ਪੁੱਤਰ ਵੀ ਤੇ ਐਸਾ ਜੰਮਿਆ ਸੁਣਾ। ਹਾਂ ਕੀ ਗੱਲ ਆ? ਤੁਸੀਂ ਮੈਨੂੰ ਇੱਕ ਗੱਲ ਦਾ ਜਵਾਬ ਦਿਓ, ਮੇਰੀ ਪੁੱਪੀ ਨੂੰ ਇੱਧਰ ਕਿਉਂ ਦਿੱਤਾ ਤੁਸੀਂ? ਪੁੱਤਰ ਹਨੇਰੀ ਚੱਲਣ ਡਈ ਸੀ। ਫੇਰ ਤੇ ਰਿਸ਼ਤਾ ਘਟਾ ਪਿਆ ਸੀ। ਇਹ ਰਿਸ਼ਤਾ ਲੈਣ ਆ ਗਿਆ, ਹਾਂ ਸਾਨੂੰ ਪਤਾ ਨਹੀਂ ਲੱਗਾ, ਅਸੀਂ ਬਸ ਦੇ ਦੂ ਦਿੱਤੀ ਹੈ। ਓਏ ਆਪਣਾ, ਜਿੰਨੀ ਦੇਰ ਤੱਕ ਮੇਰੀ ਧੀ ਰਿਸ਼ਤੇ ਵਾਸਤੇ ਹਾਂ ਨਹੀਂ ਕਰੇਗੀ, ਇੱਥੇ ਵਿਆਹ ਨਹੀਂ। ਇਹਨੂੰ ਕਹਿ ਇੱਕ ਵਾਰੀ ਵਿਆਹ ਕਰ ਲਵੇ, ਇਹਨੂੰ ਉਹ ਮਜ਼ੇ ਆਉਣੇ ਨੇ। ਯਕੀਨ ਕਰੋ, ਇਹਨੂੰ ਮਨਾਓ ਤਾਂ ਸਹੀ ਤੁਸੀਂ, ਜਾਂ ਮੈਂ ਮਨਾ ਲੈਂਦਾ। ਪੁੱਤਰ ਮੈਂ ਇਹਨੂੰ ਮਨਾ ਲੈਣਾ। ਇੱਕ ਮਿੰਟ ਪਹਿਲੇ ਮੇਰੇ ਸਵਾਲ ਦਾ ਜਵਾਬ ਦੇ। ਹਾਂ ਕੰਮ ਕੀ ਕਰਨਾ? ਮੈਂ ਜੀ, ਹਾਂ ਮੈਂ ਜੇ ਕੋਈ ਵੇਖੇ ਨਾ ਤਾਂ ਕਰਦਾ ਹੀ ਰਹਿਣਾ, ਨਹੀਂ ਤਾਂ ਛੱਡ ਦਿੰਦਾ। ਜਦੋਂ ਮੈਂ ਕੰਮ ਕਰਦਾ ਹਾਂ ਕੋਈ ਵੇਖੇ ਮੈਨੂੰ ਨਾ ਤਾਂ ਮੈਨੂੰ ਗੋਆ ਨਾ ਲੱਗਦਾ ਹੈ। ਨਹੀਂ ਕੰਮ ਹੋਵੇ ਤੇ ਇੰਜ ਦਾ ਵੀ ਕਿਆ ਬਾਤ। ਪੁੱਤਰ ਸਾਰੇ ਕੰਮ ਕਰਨਾ, ਤੂੰ ਨਾ ਆਉਂਦਾ ਕਿਉਂ ਨਹੀਂ? ਮੈਂ ਨਾਉਂਦਾ ਇਸ ਵਾਸਤੇ ਨੇ ਵੀ ਮੈਨੂੰ ਨਾ ਸੇਫ ਗਾਰਡ ਸਾਬਣ ਲਿਆ ਕੇ ਦਿੰਦੇ ਨੇ, ਤੇ ਉਹ ਪਹਿਲੇ ਹੀ ਜਰਾਸੀਮ ਦਾ ਦੁਸ਼ਮਣ ਹੁੰਦਾ ਹੈ। ਇਸ ਵਾਸਤੇ ਉਹ ਬੜਾ ਬਿਜ਼ਨਸ ਹੈ ਆਪਣਾ, ਸ਼ੂਗਰ ਦਾ ਬਿਜ਼ਨਸ ਹੈ। ਸ਼ੂਗਰ ਦਾ? ਹਾਂਜੀ, ਮੂੰਹ ਤੇ ਕਪੜਾ ਪਾ ਕੇ ਦਰਖਤਾਂ ਤੋਂ ਸ਼ਹਿਦ ਲਾਉਂਦਾ ਜੀ। ਤੇ ਜਿਸ ਦਿਨ ਕਪੜਾ ਪਾਉਣਾ ਭੁੱਲ ਜਾਏ ਉਸ ਦਿਨ ਫਿਰ ਬੂੰਡਸ ਲੜ ਜਾਂਦੇ ਹੈ। ਇਹਨੇ ਅਜੇ ਤੱਕ ਵਿਆਹ ਕਿਉਂ ਨਹੀਂ ਕੀਤਾ? ਮੇਰੇ ਪੁੱਤਰ ਨੇ? ਆਹੋ, ਇਹ ਨਹੀਂ ਵਿਆਹ ਕਰਦਾ। ਉਹ ਕਿਉਂ? ਕਹਿੰਦਾ ਮੈਂ ਡੈਮ ਵਾਸਤੇ ਪਾਣੀ ਜਮ੍ਹਾਂ ਕਰਨਾ। ਤੇ ਜੇ ਕੋਈ ਪਾਣੀ ਜਮ੍ਹਾਂ ਕਰਨ ਵਾਸਤੇ ਤੇਰੇ ਕੋਲ ਜਗ੍ਹਾ ਹੈ ਤੇ ਮੈਂ ਤੇਰੇ ਕੋਲ ਜਮ੍ਹਾਂ ਕਰਾ ਦੇਣਾ। ਇੱਕ ਚੰਗਾ ਕੰਮ ਹੁੰਦਾ ਹੋਵੇ ਉਹਨੂੰ ਐਪਰੀਸ਼ੀਏਟ ਕਰਨਾ ਚਾਹੀਦਾ। ਬਿਲਕੁਲ, ਆਪਣਾ ਚੀਫ ਜਸਟਿਸ ਸਾਹਿਬ ਵਾਸਤੇ ਤਾਲੀਆਂ ਹੋਣੀਆਂ ਚਾਹੀਦੀਆਂ, ਤਾਲੀਆਂ ਵੀ ਹੋਣੀਆਂ ਚਾਹੀਦੀਆਂ, ਨਾਲ 20 ਰੁਪਏ ਵੀ। ਏਡਾ ਵੱਡਾ ਕੰਮ ਕਰਨ ਦਾ ਪੁੱਤਰ, ਪਾਕਿਸਤਾਨ 'ਚ ਡੈਮ ਬਣਾਉਣ ਦਾ ਆ। ਅਸੀਂ ਪਿਆਸੇ ਹੋਣ ਤੋਂ ਬਚ ਜਾਵਾਂਗੇ। ਅੱਛਾ, ਜਦੋਂ ਡੈਮ ਬਣ ਗਿਆ ਬਿਲਕੁਲ ਤਾਂ ਫਿਰ ਮੇਰਾ ਪੁੱਤਰ ਨਾ ਲਊਗਾ? ਤੂੰ ਮੈਨੂੰ ਬਾਰ ਬਾਰ ਕਿਉਂ ਨੁਆ ਰਿਹਾ ਮਾਮਾ? ਤੂੰ ਮੇਰੀਆਂ ਕੱਛਾਂ ਦੀਆਂ ਚੁੰਮੀਆਂ ਲੈਣੀਆਂ? ਜਵਾਨ ਤੇ ਮੇਰੇ 'ਚ ਕਿਸ ਚੀਜ਼ ਦੀ ਕਮੀ ਹੈ ਸਵਾਏ ਗੈਰਤ ਦਿਓ? ਪੁੱਤਰ ਮੁੰਡਾ ਕੈਲਸ਼ੀਅਮ ਦੀ ਕਿਸੇ ਨਰਸ ਦਿਆਂ ਮੁੰਡਿਆ ਕੈਲਸ਼ੀਅਮ ਦੀ ਪੁੱਤਰ ਮੈਨੂੰ ਕਿੱਥੋਂ ਸਿੱਖ ਲਈ ਕੈਲਸ਼ੀਅਮ ਮੁੰਡਾ ਹੈ ਨਹੀਂ। ਆਪਣੀਆਂ ਤੇਰੀਆਂ ਸਾਰੀਆਂ ਅੱਡੀਆਂ ਪਾਟੀਆਂ ਆਈਆਂ ਨੇ।
अच्छा बेटा गल ये है, तू काम की कर रहा पुत्र? डॉक्टर भी बैठे काम की करना? काम काम जी अपना अपना ट्रांसपोर्ट है। ट्रांसपोर्ट का काम? हाँ जी, अपनी गड्डी चल रही खोता करोला। खोता करोला? हाँ जी, बड़ी अच्छी गड्डी है, हॉर्न बड़ा खूबसूरत है। हॉर्न है उदा। बड़ी चंगी गड्डी होंदी है पुत्र। आओ दा बुआ खोलो तो तिलथी भी मार दी है। पापा जी है केड़ी गड्डी है? ए बाहर खलारी दी है, घर खलारन वाली नहीं। एक बारी घर खलारी सी, उस तो बाद अम्मी नु मेरा प्यो ही पसंद आया जी। यकीन चलो तुसी दो भी अंडरस्टैंडिंग करो। ठीक है ना बेटा? कोई नहीं, शादी करनी है पर ये थे पुत्र, शादी ना कर, अंडरस्टैंडिंग कर ले। अंडरस्टैंडिंग गल बात कर लो बेटा, आपस में बातचीत करो, कहीं मान जाओ, कोई बात नहीं। ए ना मन्ने, मैं ते पैरी ना पावा, मेरा प्यो कोई नहीं। जाओ तुसी तो जाओ। अच्छा बेटा, मेरी दुआ है अल्लाह करे मान जावे। ठीक है, ये मान जाएगी तो फिर ना लेगा। जिप लवा ला मेरी मान ला जी। तेरे को है कि जेडी भाई तो मैं तेरे शादी करा? मेरे को गुर्बत है, प्यार है जेड़ा तेनू मैं देंगा, मोहब्बत है जेड़ी मैं तेरे नाल करांगा। बेवकूफे, प्यार करने वाला खामद मिल जाए इस दुनिया से होर की चाहिए? उतो नाले तू मेरा खून है, तू मेरे रिश्तेदार है। बचपन तो तेरी मेरी मंगनी हुई सी, उन तू किस तरह इनकार कर सकनी है? बचपन तो तेरी मेरी मंगनी हुई सी, पर मैनू नहीं सी पता मेरा तेरा जोड़ ही नहीं रहा था, मैं तेरे नाल शादी क्यों करा? जोड़ समाना ते बनदे ने, ना तू इस काबिल है तो ना मैं इस काबिल हाँ, किसी एक दूजे नू बुरा कह सकीए। लेकिन एक गल याद रख, मैं तेरे नाल मुहब्बत करना, अगर तू मैनू ना मिली ते मैं खुदकुशी कर लगा, मर जावांगा, मर जावांगा, मर जावांगा। मर जा। हाथ से बन के यहां लोग मिला करते, जख्म देने के ही सामान किया करते। रोज गिर जाती है दीवार तेरे वादों की, रोज हम मौत के साए मेरा करते। Yeah.
ਗਿਆ ਬੱਚਿਆ ਤੂੰ ਕਿੱਥੋਂ ਨਿਕਲਿਆ ਇਹ ਕਿੱਥੋਂ ਨਿਕਲਿਆ ਇਹ ਕੈਮਰਾਮੈਨ ਜੀ 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 ਓਏ ਪਾ ਕੈਸਾ ਤੈਨੂੰ ਕਿਹਾ ਸੀ ਨਾ ਮਸ਼ਹੂਰ ਹੋ ਜਾਵਾਂਗੇ ਟੈਲੀਵਿਜ਼ਨ ਵਾਲੇ ਆ ਗਏ ਨੇ ਜੀ ਓ ਸ਼ਹਿਜ਼ਾਦੇ ਕੁੜੀਏ ਪਾ ਇੰਟਰਵਿਊ ਲੈਣ ਆਈ ਲੱਗਦਾ ਬੈਠੋ ਇੰਦਰਾਜ ਜੀ ਆ ਮੀਡੀਆ ਕੀ ਤਰ੍ਹਾਂ ਆਇਆ ਬੈਠੋ ਬੈਠੋ ਤਸ਼ਰੀਫ ਰੱਖੋ ਤੁਸੀਂ ਬਹਿ ਜਾਓ ਬਹਿ ਜਾਓ ਇੱਧਰ ਹੋ ਜਾਓ ਬਹਿ ਜਾਓ ਨਾ ਇੱਥੇ ਇੱਥੇ ਯਾਰ ਤੂੰ ਤੂੰ ਪਿਓਰ ਸਾਡਾ ਖਲੋਤਾ ਤੇ ਅਸੀਂ ਬਹਿ ਗਏ ਕਿੰਨੀ ਅੱਬਾ ਤੂੰ ਥੱਲੇ ਬਹਿ ਯਾਰ ਤੂੰ ਥੱਲੇ ਬਹਿ ਅੱਛਾ ਜੀ ਹੋਰ ਜੀ ਸ਼ਖਸੀਅਤ ਸੇ ਮਿਲਣਾ ਚਾਹਤੇ ਜੋ ਖੋਤੇ ਸੇ ਇਨਸਾਨ ਬਣ ਹਾਂ ਮੈਂ ਜੀ ਆਪ ਹੈ ਹਾਂ ਜੀ ਓ ਵਾਓ ਓ ਆ ਵਧੇਗਾ ਕੰਮ ਵਧੇਗਾ ਹਾਂ ਅੱਛਾ ਜੀ ਤੁਸੀਂ ਬਤਾਏ ਜੀ ਕਿ ਜਦ ਆਪ ਖੋਤੇ ਤੇ ਆਪ ਕੀ ਖਾਤੇ ਬਸ ਜੀ ਡਾਂਗਾ ਸੋਟੇ ਉਦੋਂ ਖਾਣ ਨੂੰ ਕੀ ਮਿਲਦਾ ਸੀ ਹਾਂ ਜੀ ਸਿਰਫ ਸੋਟੀਆਂ ਮੈਂ ਉੱਤੇ ਮਾਰਨੇ ਹੀ ਸਨ ਸਿਰਫ ਥੋੜੀ ਜਿਹੀ ਹੁੱਜਾ ਵੀ ਦਿੰਦਾ ਸਾਇਆ ਕਰ ਹਾਂ ਜੀ ਉਹ ਜੀ ਹੁੱਜਾ ਦਿੰਦਾ ਸੀ ਨਾ ਉਹ ਫਿਰ ਮੈਂ ਤੇਜ਼ ਦੌੜਦਾ ਸੀ ਸ਼ੁਕਰ ਤੂੰ ਇਨਸਾਨ ਬਣ ਗਿਆ ਤੂੰ ਖੋਤਾ ਹੁੰਦਾ ਤੇਰਾ ਪਾਊਟ ਉੱਥੇ ਲੱਗਣਾ ਯਕੀਨ ਕਰ ਮਿਹਨਤ ਬੜੀ ਖੁਸ਼ ਅੱਛਾ ਗੱਲ ਸੁਣ ਇੱਕ ਮਿੰਟ ਅੱਛਾ ਨਹੀਂ ਲੱਗਦਾ ਚਾਚਾ ਜੀ ਥੱਲੇ ਬੈਠੇ ਨੂੰ ਅਸੀਂ ਉੱਤੇ ਮੈਂ ਤੁਸੀਂ ਉੱਥੇ ਤੁਸੀਂ ਜਾਣਾ ਇਸ ਸਾਈਡ ਤੇ ਇਹ ਇੱਥੇ ਤੁਸੀਂ ਇਹ ਇੱਥੇ ਆ ਜਾਓ ਧਿਆਨ ਦੇ ਕੀ ਗੱਲ ਕਰ ਰਹੇ ਅੱਛਾ ਜੀ ਮੈਨੂੰ ਬਤਾਏ ਆਪ ਹਮ ਲਾਈਵ ਜਾ ਰਹੇ ਸਭ ਤੋਂ ਪਹਿਲਾਂ ਲਾਈਵ ਜਾ ਰਹੇ ਲਾਈਵ ਜੀ ਲਾਈਵ ਸਾਰੀ ਦੁਨੀਆ ਵੇਖ ਰਹੀ ਸਾਰੀ ਦੁਨੀਆ ਵੇਖ ਰਹੀ ਸਾਰੀ ਦੁਨੀਆ ਦੇ ਇੱਕ ਬੰਦੇ ਨਾਲ ਮੇਰੀ ਲੜਾਈ ਉਹਨੂੰ ਮਾਮਾ ਭੈਣ ਦੇ ਗਾਲ ਹੀ ਕੱਢ ਲਵਾਂ ਇੱਥੇ ਉਹ ਕੀ ਹਾਲ ਹੈ ਠੀਕ ਹੈ ਫੁੱਫੀ ਤੂੰ ਸੁਣਾ ਕਹਿ ਲਾ ਸਲਾਮ ਕਿਸੇ ਖੋਤੀ ਨੂੰ ਪੈਗਾਮ ਦੇਣੇ ਚ ਦੇ ਲਾ ਖੋਤੀਆਂ ਵੀ ਵੇਖ ਰਹੀ ਜੀ ਅੱਛਾ ਮੈਨੂੰ ਬਤਾਏ ਅਬ ਆਪ ਨੂੰ ਕੀ ਮਹਿਸੂਸ ਹੁੰਦਾ ਔਰ ਪਹਿਲੇ ਕੀ ਮਹਿਸੂਸ ਹੁੰਦਾ ਦੇਖੋ ਜੀ ਇਨਸਾਨ ਬਣ ਕੇ ਤਾਂ ਅੱਛਾ ਹੀ ਮਹਿਸੂਸ ਹੁੰਦਾ ਹੈ ਅੱਛਾ ਜੀ ਹਾਂ ਜ਼ਿੰਦਗੀ ਚੇਂਜ ਹੋ ਗਈ ਹੈ ਚੇਂਜ ਹੋ ਗਈ ਹੈ ਇਹ ਅੱਲਾ ਦੀ ਅੱਛਾ ਨਹੀਂ ਲੱਗ ਰਿਹਾ ਚਾਚਾ ਜੀ ਥੱਲੇ ਬੈਠੇ ਨੇ ਯਾਰ ਬੜੀ ਭੇੜੀ ਗੱਲ ਹੈ ਤੁਸੀਂ ਉੱਠੋ ਜੀ ਹਾਂ ਤੁਸੀਂ ਨਾ ਚਾਚਾ ਜੀ ਤੁਸੀਂ ਨਾ ਇਹ ਸਾਡੇ ਇੱਥੇ ਅੱਗੇ ਆ ਜਾਓ ਇੱਥੇ ਅੱਬਾ ਜੀ ਇੱਥੇ ਬੈਠ ਹਾਂ ਜੀ ਅੱਛਾ ਜੀ ਤੋ ਮੈਨੂੰ ਬਤਾਏ ਹਾਂ ਜੀ ਕਿ ਅਬ ਆਪਕੋ ਖਾਣੇ ਮੇਂ ਕੀ ਅੱਛਾ ਲੱਗਦਾ ਹੁਣ ਖਾਣੇ ਪੀਸੇ ਸਾਰੀ ਚੀਜ਼ਾਂ ਖਾਵਾਂਗੇ ਸਾਰੀ ਚੀਜ਼ੇ ਖਾ ਲੈਂਦੇ ਆ ਹਾਂ ਜੀ ਹਾਂ ਇਹ ਵੀ ਹੁਣ ਨਹੀਂ ਬਣਿਆ ਜੀ ਇਹ 15 ਤੇ ਫੋਨ ਕਰੀ ਪੁੱਤਰਾ ਕਿਉਂ ਜੀ ਪਿੱਛੇ ਕਿਸੇ ਮੁੰਡੇ ਨਾਲ ਜ਼ਿਆਦਤੀ ਹੋਣ ਲਈ ਐਕਸਪੋਜ਼ ਕਰੇ ਉਨਕੋ ਜੀ ਉਹ ਜ਼ਿਆਦਤੀ ਨਹੀਂ ਕਰੀ ਵੀ ਅਸੀਂ ਅੱਛਾ ਜੀ ਅੱਛਾ ਜੀ ਮੈਨੂੰ ਇੱਕ ਬਾਤ ਬਤਾਏ ਆ ਹਾਂ ਜੀ ਕੀ ਖੁਆਇਸ਼ ਆ ਗਿਆ ਆਪਕੀ ਕੀ ਖੁਆਇਸ਼ ਇਨਸਾਨ ਖੁਆਇਸ਼ ਕੀ ਹੋਣੀ ਇਨਸਾਨ ਬਣ ਕੇ ਖੁਆਇਸ਼ਾਂ ਤੇ ਵੱਧ ਜਾਂਦੀ ਹੈ ਬਿਲਕੁਲ ਅੱਛਾ ਨਹੀਂ ਲੱਗ ਰਿਹਾ ਚਾਚਾ ਜੀ ਅੱਗੇ ਬੈਠੇ ਹੋਏ ਨੇ ਕੀ ਤੂੰ ਯਾਰ ਤੂੰ ਉੱਠੋ ਤੁਸੀਂ ਹਾਂ ਜੀ ਇੱਕ ਮਿੰਟ ਹੈ ਜੀ ਜੀ ਚਾਚਾ ਜੀ ਤੁਸੀਂ ਨਾ ਇਹ ਤੁਸੀਂ ਇਹ ਤੁਸੀਂ ਇੱਥੇ ਆ ਜਾਓ ਇੱਥੇ ਇਹ ਐ ਇੱਥੇ ਇਹ ਪੁੱਤਰ ਅੱਧਾ ਅੰਦਰ ਅੱਧਾ ਬਾਹਰ ਚੰਗਾ ਨਹੀਂ ਲੱਗਦਾ ਤੁਹਾਨੂੰ ਨਹੀਂ ਲੱਗਦਾ ਨਾ ਜਾਂ ਪਿੱਛੇ ਖਲੋਤਾ ਨੂੰ ਲੱਗ ਰਿਹਾ ਅੱਛਾ ਜੀ ਜੀ ਮੈਡਮ ਵੀ ਕਲੋਜ਼ ਕਲੋਜ਼ ਜਾਨ ਨਹੀਂ ਦੇ ਬੜੇ ਤੂੰ ਸਾਡੇ ਇੰਜਨ ਖੋਲ ਲੈ ਉਹ ਨਾਲੇ ਬੇਟਾ ਉੱਥੇ ਹੀ ਕਲੋਜ਼ ਕਰ ਸਲ ਸਾਰਾ ਟ੍ਰੋਜ਼ਰ ਤੇਰਾ ਕਲੋਜ਼ ਹੋਇਆ ਜੀ ਅੱਛਾ ਮੇਰੀ ਬਾਤ ਸੁਣੇ ਦੇਖੇ ਜ਼ਾਇਰ ਨਹੀਂ ਬਾਤ ਹੈ ਆਪ ਇਨਸਾਨ ਬਣ ਗਏ ਤਾਂ ਆਪ ਸ਼ਾਦੀ ਕੀ ਖੁਆਇਸ਼ਮੰਦ ਤੋਂ ਹੋਗੇ ਬਸ ਜੀ ਸ਼ਾਦੀ ਤੇ ਕਰਨਾ ਚਾਹਨਾ ਅੱਛਾ ਅਗਰ ਕੋਈ ਮੰਨ ਜਾਵੇ ਤੇ ਕਿਸ ਤਰ੍ਹਾਂ ਦੀ ਲੜਕੀ ਪਸੰਦ ਹੈ ਆਪ ਨੂੰ ਬਸ ਇਸ ਤਰ੍ਹਾਂ ਦੀ ਕੋਈ ਰਿਪੋਰਟਰ ਟਾਈਪ ਹੋ ਜਾਏ ਹਾਂ ਜੀ ਹਾਂ ਆਪ ਜੈਸੀ ਆਪ ਵੀ ਇਸੇ ਸ਼ਾਦੀ ਕਰੇਗੀ ਮੈਂ ਹਾਂ ਜੀ ਜੀ ਜ਼ਰੂਰ ਮੈਂ ਤੁਹਾਡੇ ਮਾਂ ਕੋਲ ਨਾਲ ਗੱਲ ਕਰ ਲਾਂ ਮਾਂ ਬਾਪ ਨਹੀਂ ਹੈ ਮੇਰੇ Yeah.
ਪੈਣੇ ਲੰਮੇ ਪਾਣ ਲੰਮੇ ਪੈਣੇ ਲੰਮੇ ਪੈਣੇ ਇਹ ਸੋਫਾ ਛੋਟਾ ਉੱਤੇ ਚੱਲ ਜੀ ਇੱਥੇ ਇੱਧਰ ਬਣਾ ਲਿਆ ਲੰਮੇ ਆ ਗਿਆ ਕਿਹਾ ਲੰਮੇ ਇੱਧਰ ਆ ਜੀ ਤੁਸੀਂ ਫੱਲੇ ਪਾਸੇ ਆ ਜਾਓ ਚੱਲ ਕਾਕਾ ਚੋ ਕਲਮਾ ਸ਼ਹਾਦਾ ਲੱਗ
तू प्यारी है अपने लोग। हाँ। ए भी प्यारा है, तू भी प्यारी है। मैं प्यारी लेकिन बहुत प्यारी है। माशाल्लाह कहते माशाल्लाह इरम मैं नहीं कह सकता। वजह मैं तेनों मेकअप तो बगैर वेखिया ना, यकीन कर लो भैन खुसरे की धुनी वर्गा मूह हो जाता है। मैंने तेरा पता नहीं है, नहीं है तो तू प्यारी है। अब अल्लाह नु प्यारी है जी, लेकिन बुजुर्ग आदमी अमीर आदमी है, अमीर अमीर बड़ा करोड़पति अरबपति आओ करोड़पति आदमी है जी। कितना तो पैसा जी देखो, बड़ा पैसा अल्लाह की मेहरबानी, मेरे तो ज्यादा नहीं हो सकता। किस तरह नहीं हो सकता, मेरे को बहुत पैसे। कितना? मेरा बड़ा वड्डा घर है। किड्डा वड्डा? एड्डा वड्डा घर है, एक कमरे च दूसरे कमरे वास्ते मोटरसाइकिल से जाना पैंदा है बस। हां पिता ये घर हां डर फिरे मुंडे चाचे दा पता बाथरूम किड्डा वड्डा है? किड्डा वड्डा है, बंदा बैठा होवे ना हां टूटी दिकर जान लई गड्डी करावनी पैंदी है। पुत्तर बहुता वड्डा नहीं कर तू राजा, मैं ते पाकिस्तान हैगा, मैं ते हेलीकॉप्टर करन नु फिरंदे है। चाचे दी अम्मी ना फर्स्ट लेडी अम्मी हुंदी जी 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 जी। हाय हाय लेकिन आज जो भी है देखो प्यार मोहब्बत करना चाहिए। इतने नल मेनू प्यार नहीं होता, मेनू फीलिंग नहीं आती, मतरा प्यो लगता है नहीं दा नहीं फीलिंग नहीं आती। चाचा ना चाचा ना चाचा ना रातरियां गल्ला सुनी जान दे चाचा जी, लड़ाई किसे कुत्ते दी है पुत्र है चाचा जी, लड़ाई करो बगैरती ना करो खुद बहुत मेहरबान तुसी ना आपो हवा छड़ रहे जे। लेकिन कोई नहीं प्यार करना चाहिए, प्यार कुछ नहीं दा उसको प्यार भी नहीं करना आता, आता है वो आता बड़ा अच्छे। कोई गल नहीं मेरी जान फिल्म आप इधर आए, इधर आए आप, आप इधर खड़ी हो जी। चाचा हुने इजहार करेगा केड़ी गल है चाचा जी? लव मेरे पिछली घूमत होंगी ना जिनी तेरे को जगह उन्होंने अंडरपास बना देना जी। मजा आया बड़ा चाचा, मजा आया बड़ा मजा आया। आधा किलो चाचे मुड़ दे यार 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 क्यों ना यार वीरे इंज ना कर बस चाचा, कोई नहीं आज तो तेरा इंतखाबी निशान भी यही है चाचा, तेनू तो प्यार करना चाहिए इन्होंने चीजा ना तेरे घर दिया चीजा ने तेनू तो तेन यकीन करो नहीं नहीं दिलों नहीं तेरे दिलों लत ही नहीं सकता। ए मोहब्बत करने का कोई तरीका होता सिखाओ, तू जरा बगैरती करनी उन्हें कर ला। आओ चाचा जी एक मिनट चलो जी अच्छे तरीके पूरे जान जान जी तेरे मोहब्बत मेनू पहले देख ला। हाय जान, हाय जान, मैं तुमसे मोहब्बत करता हूँ, तुम मेरी जिंदगी हो मेरा। हाँ जी, मैं तुमसे इतनी मोहब्बत करता हूँ, कितनी कि मैं तुम्हारे लिए ये जान भी दे सकता हूँ। बुढ़ा इन्हें पता कि इमरान खान साहब वाली मुर्गी अंडे दे रही है, हमें इधर पता नहीं गा। ओए एक तो मैंने चार चार कट्ठे दे नहीं। चलो ऐ बड़े प्यार ये फौदगी हुई है आया पाए आ जी एक्शन ओ तेरी लथे कच्ची है उदा कड़ा ना ता हरन जे कच्ची की कह रहा जान ए जेबा जात ए जान हाय जान बच्ची लुई ते जा रहे ए हाय रे हाय हाय रे मैं तेरे नाल मोहब्बत करना मैं तेरे नाल मोहब्बत करना तू मेरी जिंदगी है तू मेरी जिंदगी है।
अगर तू ना मनी हाँ? अगर तू ना मनी तो मैं तेरे ताया अबू को इजाजत ले लांगा, मैं तेरे लिए जान दे देंगा। मैं आके चलो एक्शन इरम। हाँ जी शाबाश। मैं तेरे नाल बड़ा प्यार कर रहा। शाबाश। जे तू मैनू ना मिली ते मैं जान दे देंगा। ते दुध वाले का 3000 किन्ने देना? यार कोई सेंस होंगी क्यों अकल होंगी डार साहब तुम चाचा जी समझ नहीं आ रही कि प्यार मुहब्बत का कोई तरीका होंगे। ठीक है ना आ हूं गाना हथा जात आया जी वाह तेरे केड़ा कार्टून वेख रहे दो भाई लेकिन चलो जी प्यार देना। सुबह से लेकर शाम तक शाम से लेकर रात तक रात से लेकर सुबह तक सुबह से फिर शाम तक लानत तेरी जिंदगी दे अंदर बस। लेकिन यार तेरा प्यार नहीं हो सकता तेरी उम्र नहीं मेरी जान जी तू मेरे लिए तू मेरी मोहब्बत है मेरी जिंदगी है सच्ची हुक्म कर तेनू चाहिदा की मेनू जी मेनू ना दो गड्डियां चाहिदी है अच्छा। दो घर चाहिदे ने 100 तोले जेवर चाहिदा ते 5 करोड़ बैल अच्छा भैन मेरी अम्मी अब्बू नु सलाम गई है चला आओ चली आप गाने की तैयारी चाचा छोड़ दियो ये ठीक नहीं गी पुत्र हुण पू निकले ते सोटी ले ली मेरे को सुन भी दे तू ढोला मैनू सुन भी दे सुन भी दे तू ढोला मैनू सुन भी दे दादी थकी टुटियां विचों कुटी कुटियां दादी थकी टुटियां कुटी कुटियां एक मता दे फिर ते सुन भी दे तू ढोला मैनू सुन भी दे दादी थकी टुटियां विचों कुटी कुटियां एक मता दे फिर ते सुन भी दे
डर लगदा है तेरे कोलों करी ना कोई शैतानी फुली फुली पेनिया सुपने चिरनिया फुली फुली पेनिया सुपने चिरनिया एक बाद फिर ते तू हिक दे नाल वे बस बदला चो पानी वस बदला
ਮਾਰ